ਪੜ ਆਲਮ ਫਾਜ਼ਲ ਹੋਇਆ ਕਦੇ ਮਨ ਆਪਣੇ ਨੂੰ ਪੜਿਆ ਹੀ ਨਹੀਂ। ਪੜ ਆਲਮ ਫਾਜ਼ਲ ਹੋਇਆ ਕਦੇ ਮਨ ਆਪਣੇ ਨੂੰ ਪੜਿਆ ਹੀ ਨਹੀਂ। ਜਾ ਜਾ ਵੜਦਾ ਮੰਦਰ ਮਸੀਤੀ ਕਦੇ ਮਨ ਆਪਣੇ ਵਿੱਚ ਵੜਿਆ ਹੀ ਨਹੀਂ। ਐਵੇਂ ਰੋਜ਼ ਸ਼ੈਤਾਨ ਨਾਲ ਲੜਦਾ ਕਦੇ ਨਫਜ਼ ਆਪਣੇ ਨਾਲ ਲੜਿਆ ਹੀ ਨਹੀਂ। ਬੁੱਲੇ ਸ਼ਾਹ ਅਸਮਾਨੀ ਉੱਡਦੀਆਂ ਫੜਦਾ ਅਤੇ ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ, ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ। ਬਾਬਾ ਬੁੱਲੇ ਸ਼ਾਹ ਜੀ ਦੀਆਂ ਇਹਨਾਂ ਲਾਈਨਾਂ ਦੇ ਨਾਲ ਮੈਂ ਹਾਜ਼ਰ ਹਾਂ ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੇ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਅੱਜ ਦੇ ਲਾਈਵ ਸ਼ੋਅ ਵਿੱਚ ਵੀ ਹਮੇਸ਼ਾ ਵਾਂਗੂ ਗੱਲਾਂਬਾਤਾਂ ਕਰਾਂਗੇ, ਨਾਲ ਨਾਲ ਮੇਲ ਬਾਕਸ ਹੋਏਗਾ, ਪਰ ਉਸ ਤੋਂ ਪਹਿਲਾਂ ਇੱਕ ਦੋ ਖਬਰਾਂ ਜਿਹੜੀਆਂ ਹੈਗੀਆਂ ਸਾਂਝੀਆਂ ਕਰਨੀਆਂ ਬਣਦੀਆਂ ਤੁਹਾਡੇ ਨਾਲ। ਇੱਕ ਜਿਵੇਂ ਆਪਾਂ ਗੱਲ ਕੀਤੀ ਹੈ ਪਹਿਲਾਂ ਕੁਝ ਦਿਨ ਵੀ, ਕਈ ਵਾਰੀ ਮਾਹੌਲ ਇਹੋ ਜਿਹਾ ਹੋ ਜਾਂਦਾ ਅਤੇ ਉਹ ਸਮਝ ਨਹੀਂ ਆਉਂਦੀ ਵੀ ਹੋ ਕੀ ਰਿਹਾ ਅਤੇ ਕਿਉਂ ਹੋ ਰਿਹਾ। ਜਿਵੇਂ ਮੈਂ ਗੱਲ ਕੀਤੀ ਸੀ, ਪੂਰੀ ਦੁਨੀਆ ਦੇ ਵਿੱਚ ਹੁਣ ਇਸ ਸਮੇਂ ਬੜਾ ਅਜੀਬ ਜਿਹਾ ਮਾਹੌਲ ਬਣਿਆ ਹੋਇਆ, ਅਜੀਬ ਜਿਹੇ ਹਾਲਾਤ ਬਣੇ ਹੋਏ ਨੇ। ਈਰਾਨ ਅਤੇ ਅਮੈਰੀਕਾ ਦੀ ਗੱਲ ਕਰੀਏ, ਉਹ ਵੀ ਵਾਹਵਾ ਗਰਮੀ ਹੋਈ ਆ। ਅਤੇ ਉਸ ਤੋਂ ਬਾਅਦ ਜੇ ਗੱਲ ਕਰੀਏ JNU ਦੇ ਵਿੱਚ ਕਿੰਨਾ ਕੁਛ ਹੋਇਆ, ਉਸ ਤੋਂ ਬਾਅਦ ਗੱਲ ਕਰੀਏ ਤਾਂ ਇੱਕ ਯੂਕਰੇਨ ਦਾ ਜਹਾਜ਼ ਜਿਹੜਾ ਸੀ ਉਹ ਤਹਿਰਾਨ ਦੇ ਵਿੱਚ ਕਰੈਸ਼ ਹੋ ਗਿਆ, ਉਹਦੇ 'ਚ 160-170 ਬੰਦੇ ਸੀਗੇ, ਉਹਨਾਂ ਦੀ ਕੋਈ ਉਗ ਸੁੱਗ ਨਹੀਂ ਹੈਗੀ। ਉਸ ਤੋਂ ਵੀ ਵੱਡੀ ਗੱਲ ਜਿਹੜੀ ਰੋਜ਼ ਕਰੀ ਦੀ ਆ, ਆਸਟ੍ਰੇਲੀਆ ਦੇ ਵਿੱਚ ਜਿਹੜੀ ਅੱਗ ਲੱਗੀ ਆ ਉਹਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ। ਨਵੀਂ ਖਬਰ, ਹੈਰਾਨ ਕਰਨ ਵਾਲੀ ਖਬਰ ਇਹ ਹੈ ਅੱਜ ਦੀ ਕਿ ਉੱਥੇ ਪਾਣੀ ਦੀ ਕਮੀ ਹੋ ਗਈ, ਅੱਗ ਲੱਗਣ ਦੇ ਨਾਲ ਪਾਣੀ ਦੀ ਬਹੁਤ ਸਮੱਸਿਆ ਚੱਲ ਰਹੀ ਹੈ। ਅਤੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਉੱਥੋਂ ਦੀ ਗੌਰਮੈਂਟ ਨੇ ਕੀ ਕੀਤਾ ਜਾਂ ਕੀ ਕਰਨਾ ਸੁਣ ਕੇ ਅਸੀਂ ਸਾਰੇ ਹੈਰਾਨ ਹੋ ਜਾਵਾਂਗੇ। ਜੀਵ ਪ੍ਰੇਮੀਆਂ ਵਾਸਤੇ ਬੜੀ ਦੁੱਖ ਦੀ ਖਬਰ ਹੈ, ਉੱਥੇ ਇਹ ਖਬਰ ਹੈਗੀ ਕਿ 12 ਲੱਖ ਟੋਟਲ ਊਠ ਜਿਹੜੇ ਹੈਗੇ ਨੇ ਆਸਟ੍ਰੇਲੀਆ ਦੇ ਵਿੱਚ ਜੰਗਲੀ ਊਠ, ਉਹਨਾਂ ਦੇ ਵਿੱਚੋਂ 10,000 ਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਏਗਾ। ਕਾਰਨ ਇਹ ਹੈ ਕਿ ਉਹ ਊਠ ਜਿਹੜਾ ਪਾਣੀ ਕਿਤੇ ਬਹੁਤ ਪੀਂਦੇ ਨੇ ਔਰ ਊਠਾਂ ਦੀ ਗਿਣਤੀ ਦਿਨ ਬ ਦਿਨ ਇੱਕ ਸਾਲ ਦੇ ਵਿੱਚ ਹੀ ਕਈ ਗੁਣਾ ਵੱਧ ਜਾਂਦੀ ਹੈ। ਜੰਗਲੀ ਊਠ ਹੈਗੇ ਨੇ ਵੈਸੇ ਵੀ ਨੁਕਸਾਨ ਕਰਦੇ ਨੇ ਅਤੇ ਉਹਨਾਂ ਨੂੰ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਗੋਲੀ ਮਾਰ ਕੇ 10,000 ਊਠਾਂ ਨੂੰ ਮੇਰੇ ਖਿਆਲ ਅੱਜ ਉਹਨਾਂ ਨੇ ਮਾਰਿਆ ਹੈਗਾ। ਹੈਲੀਕਾਪਟਰ ਦੇ ਵਿੱਚ ਬੈਠਦੇ ਨੇ ਨਿਸ਼ਾਨੇਬਾਜ਼ ਅਤੇ ਜੰਗਲ ਦੇ ਵਿੱਚ ਉੱਪਰ ਘੁੰਮਦੇ ਨੇ ਅਤੇ ਊਠਾਂ ਨੂੰ ਉਹ ਗੋਲੀ ਮਾਰ ਕੇ ਮਾਰਦੇ ਨੇ। ਬੜੀ ਦੁੱਖ ਦੀ ਖਬਰ ਹੈ। ਚਲੋ, ਇਸੇ ਤਰ੍ਹਾਂ ਕਈ ਵਾਰੀ ਘਰਾਂ ਦੇ ਵਿੱਚ ਮਾਹੌਲ ਹੋ ਜਾਂਦਾ ਇਹੋ ਜਿਹਾ, ਕੋਈ ਗੱਲ ਨਹੀਂ ਹੁੰਦੀ, ਕੋਈ ਕਾਰਨ ਨਹੀਂ ਹੁੰਦਾ, ਕੋਈ ਸਮਝ ਨਹੀਂ ਹੁੰਦੀ, ਕੋਈ ਨਹੀਂ ਪਤਾ ਲੱਗਦਾ ਵੀ ਇਹ ਕਿਉਂ ਹੋ ਰਿਹਾ। 4 ਜੀ ਕਰਦੇ ਨੇ, ਕੋਈ ਕਿਸੇ ਨੇ ਕੁਛ ਕਿਹਾ ਨਹੀਂ ਕਿਸੇ ਨੂੰ, 5 ਜੀ ਕਰਦੇ ਨੇ, 10 ਜੀ ਕਰਦੇ ਨੇ, ਫਿਰ ਵੀ ਪਤਾ ਨਹੀਂ ਲੱਗਦਾ ਕੋਈ ਉੱਧਰ ਨੂੰ ਕੋਈ ਉੱਧਰ ਨੂੰ ਕੋਈ ਉੱਧਰ ਨੂੰ ਕੋਈ ਉੱਧਰ ਨੂੰ। ਘਰ ਦੇ ਵਿੱਚ 2-2 ਗਰੁੱਪ ਬਣ ਜਾਂਦੇ ਨੇ, ਅੱਧੇ ਉਹਦੇ ਨਾਲ ਅੱਧੇ ਉਹਦੇ ਨਾਲ, ਇਹ ਕਈ ਵਾਰੀ ਮਾਹੌਲ ਹੁੰਦਾ, ਸਮਾਂ ਹੁੰਦਾ। ਸੋ ਸਿਆਣੇ ਕਹਿੰਦੇ ਆ ਕਿ ਸਮੇਂ ਦਾ ਇੰਤਜ਼ਾਰ ਕਰਨਾ ਚਾਹੀਦਾ। ਕੁਝ ਗੱਲਾਂ ਜਿਨ੍ਹਾਂ ਦਾ ਹੱਲ ਸਾਡੇ ਕੋਲ ਨਹੀਂ ਹੈ ਉਹਦਾ ਹੱਲ ਸਾਨੂੰ ਪਰਮਾਤਮਾ 'ਤੇ ਛੱਡਣਾ ਚਾਹੀਦਾ ਅਤੇ ਪਰਮਾਤਮਾ ਜੋ ਵੀ ਹੱਲ ਕਰੇਗਾ ਉਹ ਵਧੀਆ ਕਰੇਗਾ। ਇਸੇ ਤਰ੍ਹਾਂ ਦੁਨੀਆ ਦੇ ਵਿੱਚ ਜੋ ਕੁਝ ਹੋ ਰਿਹਾ ਉਹਦੀ ਵੀ ਪਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਸਾਨੂੰ। ਵਾਹਿਗੁਰੂ ਭਲੀ ਕਰੇ, ਸਭ ਪਾਸੇ ਸ਼ਾਂਤੀ ਹੋਵੇ, ਵਧੀਆ ਮਾਹੌਲ ਹੋਵੇ। ਚਲੋ, ਖੈਰ, ਆਪਾਂ ਗੱਲ ਕਰੀਏ ਅੱਜ ਦੇ ਪ੍ਰੋਗਰਾਮ ਦੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਚੱਲਾਂਗੇ, ਨਾਲ ਦੀ ਨਾਲ ਜਿਹੜਾ ਸਭ ਤੋਂ ਪਹਿਲਾਂ ਮੇਲ ਬਾਕਸ ਹੁੰਦਾ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ, ਉਹਦੇ ਵਿੱਚ ਕੁਛ ਨਾ ਕੁਛ ਖਬਰਾਂ ਹੁੰਦੀਆਂ ਉਹ ਨਾਲ ਦੀ ਨਾਲ, ਖੈਰ ਖਬਰਾਂ ਨਹੀਂ ਹੁੰਦੀਆਂ, ਸਵਾਲ ਹੁੰਦੇ, ਸੋਰੀ, ਤੁਹਾਡੇ ਖਬਰਾਂ ਕੱਲ੍ਹ ਹੁੰਦੀਆਂ ਜਿਹੜੀਆਂ ਲੰਘ ਗਿਆ ਕੱਲ੍ਹ, ਸਵਾਲ ਹੁੰਦੇ ਨੇ ਉਹਨਾਂ ਦੇ ਵਿੱਚੋਂ ਫਿਰ ਕੁਛ ਨਾ ਕੁਛ ਕੱਢ ਕੇ ਅਤੇ ਫਿਰ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰੀਦੀ ਹੈ, ਹਾਸਾ ਠੱਠਾ ਥੋੜ੍ਹਾ ਬਹੁਤ ਜਾਂ ਕੋਈ ਹੋਰ ਗੱਲਬਾਤ। ਪਹਿਲਾ ਸਵਾਲ ਜਿਹੜਾ, ਜਸਕੀਰਤ ਕੌਰ ਐਂਟੀਲੋਪ ਕੈਲੀਫੋਰਨੀਆ ਤੋਂ, ਐਂਟੀਲੋਪ ਇੱਥੇ ਸੈਕਰਾਮੈਂਟੋ ਨੇੜੇ ਪੈਂਦਾ, ਉਹਨਾਂ ਨੇ ਸਵਾਲ ਪੁੱਛਿਆ ਕਿ ਜੱਗੀ ਅੰਕਲ ਜੀ, ਇਹ ਨਜ਼ਰ ਵੱਟੂ ਕੀ ਹੁੰਦਾ ਹੈ ਅਤੇ ਕਾਹਦੇ ਕੰਮ ਆਉਂਦਾ ਹੈ? ਨਜ਼ਰ ਵੱਟੂ ਕੀ ਹੁੰਦਾ ਜੀ? ਨਜ਼ਰ ਵੱਟੂ ਤਾਂ ਹੁਣ ਨਿਆਣੇ, ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਸਾਨੂੰ ਵੀ ਘਰ ਦੇ ਕਹਿੰਦੇ ਸੀ ਚੱਲ ਨਜ਼ਰ ਵੱਟੂ ਜਿਹਾ ਨਾ ਹੋਵੇ, ਤਾਂ ਸਾਨੂੰ ਵੀ ਉਦੋਂ ਨਹੀਂ ਪਤਾ, ਸਾਨੂੰ ਵੀ ਇਹ ਲੱਗਦਾ ਸੀ ਕੋਈ ਚੰਗੀ ਚੀਜ਼ ਹੋਣੀ ਹੈ ਵੀ ਜਿਹੜੀ ਨਜ਼ਰ ਵੱਟੂ ਬਣਾ ਕੇ, ਚੱਲ ਨਜ਼ਰ ਵੱਟੂ ਜਿਹਾ ਨਾ ਹੋਵੇ ਤਾਂ। ਨਜ਼ਰ ਵੱਟੂ ਜੀ ਕਹਿੰਦੇ ਨਜ਼ਰ ਲੱਗਣ ਤੋਂ ਜਿਹੜੀ ਚੀਜ਼ ਹੋਵੇ ਤਾਂ ਉਹਨੂੰ ਨਜ਼ਰ ਵੱਟੂ ਕਹਿੰਦੇ ਆਮ ਤੌਰ 'ਤੇ। ਪੰਜਾਬ ਅਗਰ ਗਏ ਹੋਵੋ ਤਾਂ ਲੋਕ 2-4 ਕਰੋੜ ਦੀ ਕੋਠੀ ਪਾ ਕੇ, 2-4 ਕਰੋੜ ਦੀ, ਅਤੇ ਉਹਦੇ ਮੂਹਰੇ ਇੱਕ ਤੌੜੀ ਲਮਕਾ ਰੱਖ ਦਿੰਦੇ, ਟੰਗ ਦਿੰਦੇ ਨੇ ਜਾਂ ਲਟਕਾ ਦਿੰਦੇ ਨੇ, ਤੌੜੀ ਦੇ ਉੱਪਰ ਅੱਖਾਂ ਜੀਆਂ ਵਾਹੀਆਂ ਹੁੰਦੀਆਂ ਅਤੇ ਹੋਰ ਅਜੀਬ ਜਿਹਾ ਮਾਹੌਲ ਬਣਾ ਕੇ ਪਾ ਜਾਂਦਾ। ਮਤਲਬ 2 ਕਰੋੜ ਦੀ ਕੋਠੀ ਅੱਗੇ 50 ਰੁਪਏ ਦੀ ਤੌੜੀ ਟੰਗ ਕੇ, ਜਿਹਨੂੰ ਅਸੀਂ ਕਹਿੰਦੇ ਹਾਂ ਜਿਹੜੀ ਕਿ ਸਾਰੀ ਕੋਠੀ ਦੀ ਸ਼ੋਅ ਖਰਾਬ ਕਰਦੀ, ਉਹਨੂੰ ਨਜ਼ਰ ਵੱਟੂ ਕਹਿੰਦੇ ਆ। ਵੈਸੇ ਪਹਿਲੇ ਸਮਿਆਂ ਦੀ ਗੱਲ, ਅੱਜ ਕੱਲ੍ਹ ਤਾਂ ਮੇਰੇ ਖਿਆਲ ਲੋਕ ਵਿਸ਼ਵਾਸ ਨਹੀਂ ਕਰਦੇ ਕਿ ਨਜ਼ਰ ਕਹਿੰਦੇ ਲੱਗ ਜਾਂਦੀ ਸੀਗੀ,
ਅਤੇ ਹੁਣ ਤਾਂ ਨਜ਼ਰ ਨੁਜ਼ਰ ਦਾ ਪਤਾ ਨਹੀਂ ਕਿਹਨੂੰ ਲੱਗਦੀ ਕਿਹਨੂੰ ਨਹੀਂ ਲੱਗਦੀ। ਅਤੇ ਪੰਜਾਬ ਦੀ ਗੱਲ ਕਰੀਏ, ਟੁੱਟਾ ਜਿਹਾ ਟਰੱਕ ਹੁੰਦਾ, ਮਸੀ ਚੱਲਦਾ ਹੁੰਦਾ ਅਤੇ ਉਹਦੇ ਪਿੱਛੇ ਵੀ ਲਿਖਿਆ ਹੁੰਦਾ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ। ਅਤੇ ਨਜ਼ਰ ਬੱਟੂ ਜਿਹੜਾ ਹੈਗਾ ਜੀ, ਅਕਸਰ ਨਜ਼ਰ ਬੱਟੂ ਬਕਾਇਦਾ ਜਿਹੜੇ ਘੜਿਆਂ ਵਾਲੇ ਜਾਂ ਕੱਚਾ ਬਰਤਨ ਹੈਗੇ, ਮਿੱਟੀ ਦੇ ਬਰਤਨਾਂ ਵਾਲੇ ਲੋਕ ਹੈਗੇ ਨੇ, ਉਹਨਾਂ ਕੋਲੋਂ ਬਕਾਇਦਾ ਤੁਸੀਂ ਪੁੱਛੋਗੇ ਜਾ ਕੇ ਨਜ਼ਰ ਬੱਟੂ ਚਾਹੀਦਾ, ਤਾਂ ਉਹ ਤੁਹਾਨੂੰ ਨਜ਼ਰ ਬੱਟੂ ਮਿਲ ਜਾਂਦਾ। ਚਲੋ ਜੀ, ਬਾਕੀ ਆਪਾਂ ਸਾਰੇ ਹੀ ਨਜ਼ਰ ਬੱਟੂ ਹਾਂ ਜੀ, ਨਜ਼ਰ ਬੱਟੂ ਚਾਹੀਦਾ ਬੰਦਾ, ਨਜ਼ਰ ਬੱਟੂ ਵਰਗਾ ਹੋਵੇ ਤਾਂ ਨਜ਼ਰ ਨਹੀਂ ਲੱਗਦੀ ਸ਼ੇਸ਼ੇ ਦੀ। ਅਗਲਾ ਹੈ ਜੀ ਬੂਟਾ ਸਿੰਘ ਖੱਖ ਸਾਹਿਬ ਟਰਲਕ ਤੋਂ, ਨਗੀਨਾ ਪੈਲਸ ਹੈਗਾ ਇਹਨਾਂ ਦਾ, ਇਹ ਅਕਸਰ ਪੁੱਛਦੇ ਰਹਿੰਦੇ ਨੇ ਚੁਗਲੀ ਸਵਾਲ, ਬੜੇ ਵਧੀਆ ਸਵਾਲ ਦੇ ਬੰਦੇ ਨੇ। ਉਹ ਕਹਿੰਦੇ ਜੀ, ਪੜ੍ਹੀ ਲਿਖੀ ਪਤਨੀ ਅਤੇ ਅਨਪੜ੍ਹ ਪਤਨੀ ਦੀ ਲੜਾਈ ਵਿੱਚ ਕੀ ਫਰਕ ਹੈ? ਦੇਖੋ ਜੀ, ਲੜਾਈ ਤਾਂ ਲੜਾਈ ਹੈ ਜੀ, ਮੇਰਾ ਤਾਂ ਖਿਆਲ ਹੈ ਵੀ ਅਨਪੜ੍ਹ ਪਤਨੀ ਅਤੇ ਪੜ੍ਹੀ ਲਿਖੀ ਪਤਨੀ ਲੜਾਈ ਦਾ ਕੋਈ ਫਰਕ ਨਹੀਂ, ਪਤਨੀ ਪਤਨੀ ਹੁੰਦੀ ਹੈ, ਲੜਾਈ ਹੁੰਦੀ ਆ, ਉਹਦੇ 'ਚ ਪੜ੍ਹਾਈ ਲਿਖਾਈ ਜਾਂ ਮੇਰੇ ਖਿਆਲ ਕੋਈ ਬਾਹਲਾ ਕੰਮ ਨਹੀਂ ਕਰਦੀ, ਉਹਦੇ 'ਚ ਤਾਂ ਸਿਰਫ ਮੌਕੇ ਦੀ ਗੱਲ ਜਿਹੜੀ ਉਹੀ ਕੰਮ ਕਰਦੀ ਹੈ। ਵੈਸੇ ਇਹ ਹੋ ਸਕਦਾ ਪੜ੍ਹੀ ਲਿਖੀ ਪਤਨੀ ਜਿਹਨਾਂ ਦੀਆਂ ਹੈਗੀਆਂ ਨੇ, ਲੜਨ ਦਾ ਸਟਾਈਲ ਥੋੜ੍ਹਾ ਸੌਫਟ ਹੋਏਗਾ, ਪੜ੍ਹੀ ਲਿਖੀ ਪਤਨੀ ਜਿਹੜੀ ਸੌਫਟ ਕੋਈ ਗੱਲ ਵੀ ਕਹਿਣੀ ਹੈ, ਕੋਈ ਈਵਨ ਮੂੰਹ ਦੇ ਵਿੱਚੋਂ ਚੰਗੀ ਮਾੜੀ ਗੱਲ ਵੀ ਕਰਨੀ, ਤਾਂ ਅੰਗਰੇਜ਼ੀ ਦੇ ਵਿੱਚ ਜਿਹੜੀ ਗਾ ਕਹਿੰਦੀ ਹੈ ਕੋਈ ਚੰਗਾ ਮਾੜਾ ਪਤੀ ਨੂੰ, ਤਾਂ ਉਹ ਥੋੜ੍ਹਾ ਜਿਹਾ ਸਪੈਸਟੀਕੇਟਡ ਜਿਹਾ ਹੁੰਦਾ, ਥੋੜ੍ਹਾ ਜਿਹਾ ਸਾਊ ਜਿਹਾ ਹੁੰਦਾ ਜਿਹੜਾ ਅੰਗਰੇਜ਼ੀ ਦੇ ਵਿੱਚ। ਅਤੇ ਪੰਜਾਬੀ ਦੇ ਵਿੱਚ ਫਿਰ ਜਿਹੜੀ ਹੁੰਦੀ ਹੈ ਲੜਾਈ, ਆਪਾਂ ਨੂੰ ਪਤਾ ਹੀ ਹੈ ਵੀ ਲੈ ਫਿਰ ਖੜ੍ਹ ਜਾ, ਫਿਰ ਤੈਨੂੰ ਦੇਖਦੀ ਹਾਂ ਅਗਲੇ ਪਿਛਲੇ ਸਾਰੇ ਕਰਨ ਦੀ ਹੈ, ਪਰ ਲੜਾਈ ਲੜਾਈ ਹੀ ਹੈ, ਪਤਨੀ ਪਤਨੀ ਹੈ, ਦੋਹਾਂ ਤੋਂ ਹੀ ਬਚਣਾ ਚਾਹੀਦਾ, ਦੋਹਾਂ ਦਾ ਧਿਆਨ ਰੱਖਣਾ ਚਾਹੀਦਾ। ਚਲੋ ਜੀ, ਖੈਰ ਅਗਲੀ ਜਿਹੜੀ ਹੈਗੀ ਮੀਨਾ ਸ਼ਰਮਾ ਜੀ, ਇਹ ਸੈਨਹੋਜ਼ੇ ਤੋਂ ਇਹਨਾਂ ਨੇ ਪੁੱਛਿਆ, ਸੈਨਹੋਜ਼ੇ ਤੋਂ ਸੈਂਟਾ ਕਲਾਰਾ ਤੋਂ ਪੁੱਛਿਆ ਇਹਨੇ। ਇਹ ਕਹਿੰਦੇ ਜੀ, ਅੱਜ ਕੱਲ੍ਹ ਕਾਪੀ ਪੇਸਟ ਦਾ ਜ਼ਮਾਨਾ ਬਹੁਤ ਹੋ ਗਿਆ, ਮੈਸੇਜ ਆਉਂਦੇ ਨੇ ਉਹ ਕਾਪੀ ਪੇਸਟ ਕਰਕੇ ਗਾਂਹ ਦੀ ਗਾਂ ਤੋੜ ਦਿੰਦੇ ਨੇ, ਇੱਥੋਂ ਤੱਕ ਕਿ ਲੋਕ ਗੱਲਾਂ ਦੀ ਵੀ ਕਾਪੀ ਕਰਕੇ ਗਾਂਹ ਦੀ ਗਾਂ ਪੇਸਟ ਕਰ ਦਿੰਦੇ ਨੇ, ਚੇਪ ਦਿੰਦੇ ਨੇ। ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ, ਕਾਪੀ ਪੇਸਟ ਦਾ ਜ਼ਮਾਨਾ ਇੰਨਾ ਆ ਗਿਆ, ਨਵਾਂ ਸਾਲ ਹੁਣ ਲੰਘ ਕੇ ਗਿਆ, ਨਵੇਂ ਸਾਲ 'ਤੇ ਮੈਸੇਜ ਜਿਹੜੇ ਆਉਂਦੇ ਸੀ, ਆਪਕਾ ਨਵਾਂ ਸਾਲ, ਖੁਸ਼ੀਆਂ ਭਰਿਆ ਹੋ, ਜੇ ਹੋ ਵੋ ਹੋ, ਮੈਸੇਜ ਆਇਆ ਹੁੰਦਾ ਪੱਪੂ ਵੱਲੋਂ ਥੱਲੇ ਲਿਖਿਆ ਹੁੰਦਾ ਵੀ ਜੇ, ਉਹ ਜਿਹੜਾ ਮੈਸੇਜ ਆਉਂਦਾ ਹੈ ਉਹਨੂੰ ਇਹ ਵੀ ਨਹੀਂ ਪੜ੍ਹਦੇ ਵੀ ਥੱਲੋਂ ਐਡਿਟ ਕਰ ਲਈਏ, ਜਾਂ ਇੰਨਾ ਟਾਈਮ ਹੀ ਨਹੀਂ ਹੁੰਦਾ, ਉਹ ਫਟਾਫਟ ਯਾਰ ਕੋਈ ਹੋਰ ਨਾ ਭੇਜ ਦੇ, ਕਾਪੀ ਕੀਤੀ ਪੇਸਟ ਕੀਤਾ ਗਾਂ ਚੇਪਤਾ। ਔਰ ਇਸੇ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ, ਅਕਸਰ ਕਾਪੀ ਪੇਸਟ ਹੀ ਚੱਲਦੀਆਂ ਨੇ। ਸਾਡੇ ਇਹ ਰਿਵਾਜ਼ ਹੈਗਾ, ਸਾਡੇ ਦਫ਼ਤਰਾਂ ਦੇ ਵਿੱਚ ਵੀ ਰਿਵਾਜ਼ ਹੈਗਾ, ਘਰਾਂ ਦੇ ਵਿੱਚ ਵੀ ਰਿਵਾਜ਼ ਹੈਗਾ, ਵੀ ਕਿਸੇ ਬੰਦੇ ਨੇ ਕੋਈ ਚੰਗੀ ਗੱਲ ਕੀਤੀ ਹੈ ਨਾ, ਕੋਈ ਚੰਗੀ ਗੱਲ ਕਰਤੀ, ਮੰਨ ਲਓ ਔਫਿਸ ਦੀ ਗੱਲ ਕਰਦੇ ਹਾਂ ਆਪਾਂ, ਔਫਿਸ ਦੀ ਕੋਈ ਚੰਗੀ ਗੱਲ ਕਰਤੀ, ਉਹਨੇ ਐਂ ਇੱਕ ਬੰਦੇ ਕੋਲ ਗੱਲ ਕਰਤੀ, ਤਾਂ ਉਹਨੇ ਇਸ ਤੋਂ ਪਹਿਲਾਂ ਕਿ ਉਹ ਗੱਲ ਬੰਦਾ ਆਪ ਜਾ ਕੇ ਕਵੇ ਬੌਸ ਨੂੰ ਜਾਂ ਕਿਸੇ ਨੂੰ, ਕਿ ਉਹਨੇ ਕਹਿਣਾ ਵੀ ਮੈਂ ਇੱਕ ਮਿੰਟ ਆਇਆ, ਅਤੇ ਜਦੇ ਸਾਈਡ 'ਤੇ ਜਾ ਕੇ ਬੌਸ ਨੂੰ ਫੋਨ ਕਰਨਾ ਵੀ ਜੇ ਮੇਰੇ ਦਿਮਾਗ ਦੇ ਵਿੱਚ ਆਹ ਗੱਲ ਆਈ ਜੀ, ਇਹ ਨਹੀਂ ਦੱਸਣਾ ਵੀ ਕਿਹਨੇ ਗੱਲ ਕਹੀ ਆ, ਔਰ ਮੇਰੇ ਦਿਮਾਗ ਦੇ ਵਿੱਚ ਆਹ ਗੱਲ, ਬੌਸ ਨੇ ਕਹਿਣਾ ਵੈਰੀ ਗੁੱਡ ਯਾਰ, ਕਿਆ ਤੇਰਾ ਦਿਮਾਗ ਹੈਗਾ, ਬਹੁਤ ਵਧੀਆ, ਤੂੰ ਤਾਂ ਸੋਚਦਾ ਸਾਡੇ ਬਾਰੇ, ਕੰਪਨੀ ਬਾਰੇ, ਪਰ ਇਹ ਨਹੀਂ ਪਤਾ ਵੀ ਉਹ ਕਾਪੀ ਪੇਸਟ ਹੁੰਦੀ ਹੈ। ਪਰ ਕਾਪੀ ਪੇਸਟ ਜਿਹੜੀ ਉਹ ਧਿਆਨ ਨਾਲ ਕਰਨੀ ਚਾਹੀਦੀ ਹੈ, ਖਾਸ ਤੌਰ 'ਤੇ ਗੱਲਾਂ ਦੀ ਅਗਰ ਗੱਲ ਕਰੀਏ ਤਾਂ ਕਾਪੀ ਪੇਸਟ ਧਿਆਨ ਨਾਲ ਕਰਨੀ ਚਾਹੀਦੀ। ਇੱਕ ਬਹੁਤ ਵੱਡਾ ਬੰਦਾ ਸੀਗੀ, ਬਹੁਤ ਅਮੀਰ ਬੰਦਾ, ਬਹੁਤ ਬੈਠਾ ਮੀਟਿੰਗ ਦੇ ਵਿੱਚ ਸਾਰੇ ਬੈਠੇ, ਅਤੇ ਉਹਨੇ ਕਿਹਾ ਵੀ ਮੈਂ ਜਿਹੜੇ ਆਪਦੀ ਜ਼ਿੰਦਗੀ ਦੇ ਸੁਨਹਿਰੇ ਸਾਲ ਹੈਗੇ ਆ, ਸਭ ਤੋਂ ਵਧੀਆ ਸਾਲ ਇੱਕ ਔਰਤ ਦੀਆਂ ਬਾਹਾਂ ਵਿੱਚ ਗੁਜ਼ਾਰੇ, ਪਰ ਉਹ ਔਰਤ ਮੇਰੀ ਪਤਨੀ ਨਹੀਂ ਸੀ। ਲੋਕ ਹੈਰਾਨੀ ਨਾਲ ਦੇਖਣ ਲੱਗ ਪਏ, ਹੈ ਕਹਿੰਦਾ ਵੀ ਉਹ ਮੇਰੀ ਮਾਂ ਸੀ। ਚਲੋ ਸਾਰਿਆਂ ਤਾੜੀਆਂ ਮਾਰੀਆਂ, ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ। ਉੱਥੇ ਇੱਕ ਮੇਰਾ ਕਿਹਾ ਬੈਠਾ ਸੀਗਾ ਵੀ ਕਾਪੀ ਪੇਸਟ ਵਾਲਾ, ਉਹਨੇ ਕਿਹਾ ਵੀ ਆਪਾਂ ਵੀ ਨੰਬਰ ਬਣਾਉਂਦੇ, ਵੀ ਗੱਲ ਬੜੀ ਵਧੀਆ ਇਹਨੇ ਕਹੀ ਹੈ। ਉਹ ਘਰ ਕੋਈ ਗੈਸਟ ਗੁਸਟ ਆਏ ਸੀ, ਵਾਹਵਾ ਦਿਨ ਕੋਈ ਫੰਕਸ਼ਨ ਹੋਣਾ ਛੋਟਾ ਮੋਟਾ, ਕੋਈ 15-20-50 ਗੈਸਟ ਘਰ ਬੈਠੇ ਆਏ ਸੀਗੇ, ਖਾਣਾ ਖੁਣਾ ਖਾ ਕੇ ਜਦੋਂ ਤੁਰਨ ਤਰਨ ਦੀ ਵਾਰੀ ਆਈ ਤਾਂ ਉਹ ਕਹਿੰਦਾ ਵੀ ਮੈਂ ਕੁਝ ਕਹਿਣਾ ਚਾਹੁੰਦਾ। ਉਹ ਕਹਿੰਦੇ ਜੀ ਕਹੋ। ਕਹਿੰਦਾ ਜੀ ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਵਧੀਆ ਸਾਲ, ਸਭ ਤੋਂ ਸੁਨਹਿਰੇ ਸਾਲ ਇੱਕ ਔਰਤ ਦੀਆਂ ਬਾਹਾਂ ਵਿੱਚ ਗੁਜ਼ਾਰੇ। ਇੰਨਾ ਕਹਿ ਕੇ ਤਾਂ ਗਾਂਹ ਉਹ ਸੋਚਣ ਲੱਗ ਪਿਆ ਵੀ ਉਸ ਬੰਦੇ ਨੇ ਕੀ ਕਿਹਾ ਸੀ, ਅਤੇ ਬਾਅਦ ਦੇ ਵਿੱਚ ਮੈਂ ਬਸ ਰਿਸ਼ਤੇਦਾਰਾਂ ਢਾਇਆ ਪਹਿਲਾਂ ਨੂੰ ਢਾ ਲਿਆ, ਅੱਛਾ ਔਰਤ ਦੀਆਂ ਬਾਹਾਂ 'ਚ ਗੁਜ਼ਾਰੇ ਤੋਂ ਵਧੀਆ ਪਲ। ਅਤੇ ਉੱਧਰੋਂ ਘਰ ਵਾਲੀ ਕਿਤੇ ਚਾਹ ਚੂਹ ਬਣਾ ਰਹੀ ਸੀ ਵੀ ਜਾਂਦੇ ਜਾਂਦੇ ਚਾਹ ਪੀ ਜਾਓ ਰਿਸ਼ਤੇਦਾਰਾਂ ਵਾਸਤੇ, ਤਾਂ ਉਹ ਫਿਰ ਫਰਾਈ ਪੈਨ ਹੀ ਆਇਆ ਸਿੱਧਾ ਮੂੰਹ 'ਤੇ, ਅਤੇ ਬਾਅਦ 'ਚ ਉਹਨੂੰ ਹੋਸਪਿਟਲ ਵਿੱਚ ਜਾ ਕੇ ਪਤਾ ਲੱਗਾ, ਫਿਰ ਉਹਨੇ ਦੱਸਿਆ ਵੀ ਮੈਂ ਮਹਾਨ ਬਣਨ ਲੱਗਿਆ ਸੀਗਾ। ਕਾਪੀ ਪੇਸਟ ਤੋਂ ਇਹ ਆ ਵੀ ਕਾਪੀ ਪੇਸਟ ਕੁਛ ਵੀ ਕਰਦੇ ਆਪਾਂ, ਕਰਨ ਤੋਂ ਪਹਿਲਾਂ ਸਾਨੂੰ ਸੋਚਣਾ ਜ਼ਰੂਰ ਚਾਹੀਦਾ ਵੀ ਇਹਦਾ ਹੱਲ ਕੀ ਹੋਊਗਾ। ਲਓ ਜੀ, ਅਗਲਾ ਸਵਾਲ ਜਸਵਿੰਦਰ ਕੌਰ ਕੈਂਥ ਵਰਜੀਨੀਆ ਤੋਂ, ਇਹ ਕਹਿੰਦੇ ਵੀ ਦੁਚਿੱਤੀ ਜਾਂ ਦੁਵਿਧਾ ਕੀ ਹੁੰਦੀ ਹੈ, ਇਹਦੇ ਕੀ ਨੁਕਸਾਨ ਹੈ?
ਡਬਲ ਮਾਈਂਡਡ, ਡਬਲ ਮਾਈਂਡਡ ਅੰਗਰੇਜ਼ੀ 'ਚ ਕਹਿੰਦੇ ਡਬਲ ਮਾਈਂਡਡ। ਕਹਿੰਦੇ ਜੀ ਸਿਆਣੇ ਕਹਿੰਦੇ ਆ ਵੀ ਦੁਚਿੱਤੀ ਜਿਹੜੀ ਹੈ ਉਹ ਇੱਕ ਮਤਰੇ ਬੱਚੇ ਵਰਗੀ ਹੁੰਦੀ ਹੈ, ਜੇ ਉਹਨੇ ਹੱਥ ਨਾ ਧੋਤੇ ਤਾਂ ਉਹ ਗੰਦਾ, ਜੇ ਉਹਨੇ ਹੱਥ ਧੋ ਲਏ ਤਾਂ ਉਹ ਪਾਣੀ ਵੇਸਟ ਕਰਦਾ। ਮਤਲਬ ਕਹਿਣ ਦਾ ਕਈਆਂ ਅੱਜ ਕੱਲ੍ਹ ਤਾਂ ਖੈਰ ਥੋੜ੍ਹਾ ਫਰਕ ਪੈ ਗਿਆ, ਪਰ ਇਹ ਅਕਸਰ ਇਹ ਹੁੰਦਾ ਮਤਰੇਆ ਬੱਚਾ ਜਿਹੜਾ ਹੋਵੇ ਉਹਨਾਂ ਇੱਦਾਂ ਹੀ ਹੁੰਦੀ। ਦੁਚਿੱਤੀ ਵੀ ਇਹੀ ਚੀਜ਼ ਹੈ, ਮਾੜੀਓ ਹੀ ਮਾੜੀ ਹੈ, ਚਾਹੇ ਇੱਧਰੋਂ ਚਾਹੇ ਉੱਧਰੋਂ ਮਾੜੀਓ ਮਾੜੀ ਹੈ। ਔਰ 99% ਐਕਸੀਡੈਂਟ, ਚਲੋ ਕੁਛ ਲਾਪਰਵਾਹੀ ਕਰਕੇ ਹੁੰਦੇ ਨੇ, 99% ਐਕਸੀਡੈਂਟ ਜਿਹੜੇ ਹੈਗੇ ਨੇ ਉਹ ਡਬਲ ਮਾਈਂਡਡ ਕਰਕੇ ਹੁੰਦੇ ਨੇ। ਪੰਜਾਬ ਦੀ ਅਗਰ ਆਪਾਂ ਗੱਲ ਕਰੀਏ, ਇੱਧਰ ਲਾਪਰਵਾਹੀ ਕਰਕੇ ਹੁੰਦੇ, ਪੰਜਾਬ ਦੇ ਵੀ ਡਬਲ ਮਾਈਂਡਡ ਹੁੰਦੇ, ਕਿਉਂਕਿ ਉਹਨਾਂ ਨੇ ਗੱਡੀ ਕਰੋਸ ਕਰਨੀ ਹੈ, ਅੱਗਿਓਂ ਸਿੰਗਲ ਸੜਕ ਹੈ, ਉਹ ਡਬਲ ਮਾਈਂਡਡ ਹੋ ਜਾਂਦੇ ਆ। ਪਹਿਲਾਂ ਸੋਚਿਆ ਰੇਸ ਦੇ ਤਾਂ ਵੀ ਕਰ ਲਈਏ ਕਰੋਸ, ਫਿਰ ਸੋਚਿਆ ਨਹੀਂ ਰੁਕ ਜਾਂਦੇ ਹਾਂ, ਫਿਰ ਸੋਚਿਆ ਚੱਲ ਯਾਰ ਕਰ ਹੀ ਲੈਂਦੇ, ਜਦੋਂ ਫਿਰ ਇੱਦਾਂ ਕਰਦੇ ਤੁਹਾਨੂੰ ਗੱਡੀ ਨੇੜੇ ਆ ਕੇ ਉਹ ਫਿਰ ਐਕਸੀਡੈਂਟ ਦੇ ਚਾਂਸ ਜਿਹੜੇ ਬਹੁਤ ਵੱਧ ਜਾਂਦੇ ਆ। ਦੁਬਿਧਾ ਵੀ ਸੇਮ ਚੀਜ਼ ਹੈ, ਦੁਚਿੱਤੀ ਔਰ ਦੁਬਿਧਾ ਦੋਨੇ ਪੈਣਾ ਹੀ ਨੇ ਸਕੀਆਂ, ਸੋ ਨਾ ਦੁਬਿਧਾ ਦੇ ਵਿੱਚ ਪੈਣਾ ਚਾਹੀਦਾ ਅਤੇ ਨਾ ਦੁਚਿੱਤੀ ਦੇ ਵਿੱਚ ਪੈਣਾ ਚਾਹੀਦਾ। ਡਬਲ ਮਾਈਂਡਡ ਹੋਣ ਦੇ ਨੁਕਸਾਨ ਹੀ ਨੁਕਸਾਨ ਨੇ ਜੀ, ਭੁੱਲ ਕੇ ਵੀ ਡਬਲ ਮਾਈਂਡਡ ਜਿਹੜਾ ਉਹ ਨਾ ਹੋਵੋ। ਲਓ ਜੀ ਆਪਾਂ ਅੱਜ ਕੱਲ੍ਹ ਜਿਹੜਾ ਹੈਗਾ ਇਹ ਕਰਦੇ ਹਾਂ, ਬਲਵਿੰਦਰ ਕੌਰ ਜੀ ਬਰੈਂਪਟਨ ਇਹਨਾਂ ਦਾ ਸਵਾਲ ਇੱਕ ਪੜ੍ਹ ਲੈਂਦੇ, ਉਸ ਤੋਂ ਬਾਅਦ ਫਿਰ ਸਮਾਪਤੀ ਕਰ ਦੇਈਏ। ਇਹ ਕਹਿੰਦੇ ਜੀ ਕਹਿੰਦੇ ਨੇ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਨੇ, ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਬਿਲਕੁਲ ਦੇਸ਼ ਦਾ ਭਵਿੱਖ ਹੁੰਦੇ ਨੇ, ਪਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦਾ ਭਵਿੱਖ ਤਾਂ ਸਾਰਾ ਬਾਹਰਲੇ ਮੁਲਕਾਂ 'ਚ ਆ ਗਿਆ, ਔਰ ਪੰਜਾਬ ਦਾ ਭਵਿੱਖ ਜਿਹੜਾ ਹਜੇ ਸ਼ੁਰੂ ਹੋ ਰਿਹਾ, ਨਿੱਕੇ ਬੱਚੇ ਨੇ ਉਹ ਵੀ ਬਾਹਰਲੇ ਮੁਲਕਾਂ ਨੂੰ ਭਾਈ ਦੇ ਰਹੇ। ਸੋ ਪੰਜਾਬ ਦਾ ਭਵਿੱਖ ਬੱਚੇ ਹੈਗੇ ਨੇ, ਪਰ ਜਿਹੜੇ ਦੇਸ਼ ਦਾ ਭਵਿੱਖ ਹੈਗੇ ਉਹ ਕਿਸੇ ਹੋਰ ਦੇਸ਼ ਦਾ ਭਵਿੱਖ ਬਣ ਜਾਂਦੇ ਨੇ। ਪਰ ਜਿਹੜੇ ਬੱਚੇ ਕਹਿੰਦੇ ਦੇਸ਼ ਦਾ ਭਵਿੱਖ ਹੁੰਦੇ, ਪਰ ਕਈ ਵਾਰੀ ਐਸੀ ਗੱਲ ਕਰ ਦਿੰਦੇ, ਉਹ ਵਰਤਮਾਨ ਦਾ ਸੱਤਿਆਨਾਸ਼ ਕਰ ਦਿੰਦੇ ਬੱਚੇ। ਕੋਈ ਘਰਾਂ ਦੇ ਵਿੱਚ ਆਮ ਲੜਾਈ ਹੁੰਦੀ ਰਹਿੰਦੀ ਹੈ, ਪਿਆਰ ਦੀਆਂ ਗੱਲਾਂ ਵੀ ਪਤੀ ਪਤਨੀ ਦੇ ਵਿੱਚ ਹੁੰਦੀਆਂ ਰਹਿੰਦੀਆਂ, ਨਿਆਣੇ ਦੇਖਦੇ ਰਹਿੰਦੇ ਆ ਵੀ ਮੰਮੀ ਡੈਡੀ ਦਾ ਪਿਆਰ, ਮੰਮੀ ਡੈਡੀ ਲੜਦੇ ਨੇ, ਇੱਕ ਦੂਜੇ ਨਾਲ ਲੜਦੇ ਨੇ, ਕੀ ਕਹਿੰਦੇ ਨੇ, ਉਹ ਮਾਇੰਡ 'ਚ ਰੱਖਦੇ ਛੋਟੇ ਬੱਚੇ। ਕਿਸੇ ਘਰ ਦੇ ਵਿੱਚ ਦੋ ਬੱਚੇ ਸੀ, ਹਸਬੈਂਡ ਵਾਈਫ ਸੀਗੇ, ਅਤੇ ਉਹਨੇ ਕੋਈ ਕੋਈ ਦਿਨ ਸੁੱਧ ਹੋਣਾ, ਅਤੇ ਉਹਨੇ ਘਰ ਜੀ ਨੇ ਕਿਹਾ ਵੀ ਅੱਜ ਮੈਂ ਕੋਈ ਵਧੀਆ ਖਾਣਾ ਇਹਨਾਂ ਵਾਸਤੇ ਡਿਸ਼ ਤਿਆਰ ਕਰਾਂ। ਉਹ ਮਾਰਕੀਟ ਗਈ ਅਤੇ ਹਿਰਨ ਲੈ ਆਈ, ਹਿਰਨ ਦਾ ਉਹਨੇ ਜਿਹੜਾ ਮੀਟ ਮੂਟ ਬਣਾਇਆ ਬਣਾਇਆ, ਰੋਟੀ ਰੋਟੀ ਕਰਕੇ ਬਣਾ ਕੇ ਰੱਖਦੀ, ਅਤੇ ਉਹਨੂੰ ਬੱਚਿਆਂ ਨੂੰ ਕਹਿੰਦੀ ਵੀ ਵਿੱਚੋਂ ਟੇਸਟ ਕਰਕੇ ਦੱਸੋ ਵੀ ਮੈਂ ਅੱਜ ਬਣਾਇਆ ਕੀ ਆ। ਨਿਆਣਿਆਂ ਨੇ ਟੇਸਟ ਕੀਤਾ, ਕਹਿੰਦੇ ਮੰਮੀ ਪਤਾ ਨਹੀਂ ਲੱਗਿਆ, ਕਹਿੰਦੀ ਬੇਟਾ ਦੁਬਾਰਾ ਟੇਸਟ ਕਰਕੇ ਦੱਸੋ। ਕਦੀ ਕਦੀ ਨਾ ਮੈਂ ਪਿਆਰ ਨਾਲ ਤੁਹਾਡੇ ਪਾਪਾ ਨੂੰ ਉਹ ਕਹਿੰਦੀ ਹੁੰਦੀ ਹਾਂ, ਉਹਨੇ ਕਿਹਾ ਵੀ ਡੀਅਰ ਡੀਅਰ ਹੈਰਨ, ਮਤਲਬ ਡੀਅਰ ਹੁੰਦਾ ਅਤੇ ਪਿਆਰ ਨਾਲ ਵੀ ਡੀਅਰ ਅਸੀਂ ਕਿਸੇ ਨੂੰ ਕਹੀਏ ਪਿਆਰ ਨੂੰ ਡੀਅਰ। ਉਹਨੇ ਇਹ ਆਪਣੇ ਵੱਲੋਂ ਇਹ ਕਿਹਾ ਘਰ ਵਾਲੀ ਨੇ, ਉਹਨਾਂ ਦੀ ਮੰਮੀ ਨੇ ਵੀ, ਮੈਂ ਕਦੇ ਕਦੇ ਤੁਹਾਡੇ ਪਾਪਾ ਨੂੰ ਪਿਆਰ ਨਾਲ ਉਹ ਨਾਮ ਲੈਂਦੀ ਹੁੰਦੀ ਹਾਂ। ਇੰਨਾ ਕਹਿਣ ਦੀ ਦੇਰ ਸੀ ਅਤੇ ਇੱਕ ਬੱਚਾ ਉੱਠ ਕੇ ਖੜਾ ਹੋ ਗਿਆ, ਕਹਿੰਦਾ ਖਾਇਓ ਨਾ, ਉਹ ਮੰਮੀ ਨੇ ਕੁੱਤਾ ਬਣਾਇਆ, ਕਰਤਾ ਵਰਤਮਾਨ ਖਰਾਬ। ਹੁਣ ਗੱਲ ਇਹ ਸੀ ਵਿੱਚੋਂ ਵੀ ਕਿਤੇ ਲੜਦੇ ਲੁੜਦੇ ਇੱਦਾਂ ਕਹਿ ਕੂ ਬੈਠੀ ਹੋਣੀ, ਉਹ ਵੀ ਕਿਹੜੇ ਉਹਨੂੰ ਕਿਹੜੇ ਚੇਤਾ ਹੁਣ ਲੜਾਈ ਵੇਲੇ ਚੇਤਾ ਹੀ ਰਹਿੰਦਾ ਬੰਦੇ ਨੂੰ ਕੀ ਕੁਛ ਕਿਹਾ ਕੀ ਕੁਛ ਨਹੀਂ ਕਿਹਾ। ਸੋ ਇਹ ਚੀਜ਼ਾਂ ਹੈਗੀਆਂ, ਭਵਿੱਖ ਤਾਂ ਭਵਿੱਖ ਹੈ, ਵਰਤਮਾਨ ਤਾਂ ਇੱਕ ਵਾਰੀ ਹਿੱਲ ਗਿਆ ਨਾ ਬੰਦੇ ਦਾ। ਸੋ ਇਹਦੇ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਵੀ ਹਸਬੈਂਡ ਵਾਈਫ ਜਦੋਂ ਲੜਦੇ ਹੋ ਜਦੋਂ ਆਸੇ ਪਾਸੇ ਲੜ ਲਓ, ਜਾਂ ਘਰੋਂ ਬਾਹਰ ਜਾ ਕੇ ਝੱਟ ਲਾ ਲਓ ਜੇ ਲਾਉਣੀ ਹੈ ਤਾਂ। ਅੱਜ ਕੱਲ੍ਹ ਤਾਂ ਹੁਣ ਟਰੱਕਾਂ ਦੇ ਉੱਪਰ ਟੀਮ ਡਰਾਈਵਰ ਹੈਗੇ ਨੇ, ਪਤੀ ਪਤਨੀ, ਅਤੇ ਜਾਂਦੇ ਨੇ ਅਤੇ ਉੱਥੇ ਲੜ ਲੁੜ ਕੇ ਅਤੇ ਉੱਥੇ ਹੀ ਆਪਣਾ ਫਿਰ ਗੱਡੀ 'ਚ ਲਾਉਂਦੇ ਨੇ, ਚਲੋ ਕੰਮ ਨਿਬੜ ਜਾਂਦਾ। ਪਰ ਘਰਾਂ ਦੇ ਵਿੱਚ ਬੱਚਿਆਂ ਦਾ ਬਹੁਤ ਧਿਆਨ ਰੱਖਣਾ ਪੈਂਦਾ, ਬੱਚੇ ਬਹੁਤ ਛੇਤੀ ਫੋਲੋ ਕਰਦੇ ਨੇ। ਸੋ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਰੂਬਰੂ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸ ਪੰਜਾਬੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ, ਅਤੇ ਗੱਲਬਾਤ ਕਰਦੇ ਹਾਂ, ਅੱਗੇ ਸ਼ੁਰੂ ਕਰਦੇ ਹਾਂ ਅਤੇ ਵਿਸ਼ੇ ਵਾਲੇ ਪਾਸੇ ਹਜੇ ਥੋੜ੍ਹਾ ਠਹਿਰ ਕੇ ਚੱਲਦੇ ਹਾਂ। ਉਸ ਤੋਂ ਪਹਿਲਾਂ ਸਰਦਾਰ ਅਰਜਨ ਸਿੰਘ ਜੀ ਅਣਜਾਣ ਸਾਹਿਬ ਸਾਡੇ ਨਾਲ ਜੁੜਦੇ ਹੁੰਦੇ ਅੱਜ, ਔਰ ਬਹੁਤ ਵਧੀਆ ਗੱਲਾਂ ਜਿਹੜੀਆਂ ਕੰਮ ਦੀਆਂ ਚੰਗੀਆਂ ਗੱਲਾਂ ਦੱਸਦੇ ਨੇ, ਜਿਹਦੇ ਵਿੱਚ ਕਈ ਵਾਰੀ ਇਤਿਹਾਸ ਵੀ ਹੁੰਦਾ, ਕਈ ਵਾਰੀ ਮਿਥਿਹਾਸ ਵੀ ਹੁੰਦਾ, ਕਈ ਵਾਰੀ ਸਾਖੀਆਂ ਵੀ ਹੁੰਦੀਆਂ ਨੇ, ਅਤੇ ਕਈ ਵਾਰੀ ਕੋਈ ਹੋਰ ਗੱਲਬਾਤ ਹੁੰਦੀ ਹੈ। ਮੁੱਖ ਦੀ ਗੱਲ ਇਹ ਹੈ ਜੀ ਵੀ ਉਹਨਾਂ ਦਾ ਜਿਹੜਾ ਗਿਆਨ ਦਾ ਸਮੁੰਦਰ ਹੈਗਾ ਉਹਦੇ ਵਿੱਚੋਂ ਇੱਕ ਅੱਧੀ ਚੂਲੀ ਭਰਨ ਦੀ ਆਪਾਂ ਕੋਸ਼ਿਸ਼ ਕਰੀ ਦੀ ਹੈ। ਸੋ ਗੱਲਬਾਤ ਕਰਦੇ ਹਾਂ ਅਣਜਾਣ ਸਾਹਿਬ ਦੇ ਨਾਲ, ਜਾਣਦੇ ਹਾਂ ਜੀ ਉਹਨਾਂ ਦੇ ਵਿਚਾਰ। ਅਣਜਾਣ ਸਾਹਿਬ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ। ਧੰਨਵਾਦ ਜੀ, ਧੰਨਵਾਦ ਜੀ, ਸਤਿ ਸ਼੍ਰੀ ਆਪ ਨੂੰ ਅਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਜੀ। ਹੋਰ ਸਿਹਤ ਤਾਂ ਠੀਕ ਹੈ ਜੀ? ਬਿਲਕੁਲ ਚੱਲੀ ਜਾਂਦਾ ਕੰਮ ਹੁਣ, ਬਿਲਕੁਲ ਤੇ ਦਾਦਾ ਜਾਣਦਾ ਬਾਕੀ ਚੱਲੀ ਜਾਂਦਾ। ਚੜ੍ਹਦੀ ਕਲਾ ਜੀ, ਪਰਮਾਤਮਾ ਚੜ੍ਹਦੀ ਕਲਾ ਰੱਖੇ। ਤੇ ਹਾਂਜੀ, ਕੀ ਸਾਡੇ ਦਰਸ਼ਕਾਂ ਵਾਸਤੇ? ਅਪਾਰ ਕਿਰਪਾ ਉਹਨਾਂ ਦੀ ਜੀ। ਅੱਜ ਹੈਗਾ ਜੀ ਯਾਗ ਸਲੂਨੜੀਏ ਬੋਲੇ ਗੁਰਬਾਣੀ ਰਾਮ। ਯਾਦ ਜਾਗ ਸਲੂਨੜੀ, ਜਾਗ ਸਲੂਨੜੀਏ ਜੀ ਬੋਲੇ ਗੁਰਬਾਣੀ ਰਾਮ ਜੀ।
ਦਸ਼ਮੇਸ਼ ਪਿਤਾ ਦੀਆਂ ਚਿੜੀਆਂ ਨੇ ਬਾਜਾਂ ਨਾਲ ਟਕਰਾ ਗਈਆਂ ਜੀ। ਦਸ਼ਮੇਸ਼ ਪਿਤਾ ਦੇ ਜਿਹੜਾ ਉਹਨਾਂ ਦੇ ਛਤਰਸ਼ਾਹ ਅਮਰ ਅਮਰਤ ਵਿੱਚ ਆ ਗਿਆ, ਉਹ ਬੱਚਿਆਂ ਵੀ ਜਰਨੈਲਾਂ ਨਾਲ ਟਕਰਾ ਗਈਆਂ ਜੀ। ਅੱਗੇ ਪਿੱਛੇ ਤੁਹਾਡੇ ਨਾਲ ਗੱਲ ਕਰਦੇ ਸੀ ਚਮਕੌਰ ਸਾਹਿਬ ਦੇ ਬੀਬੀਆਂ ਦੀ, ਜਿਹਦੇ ਵਿੱਚ ਇੱਕ ਬੀਬੀ ਬਸੰਤ ਲਤਾ ਆਈ ਸੀ ਜੀ। ਇਹ ਅੰਮ੍ਰਿਤਸਰ ਦੀ ਜੰਮਪਾਲ ਸੀਗੀ ਤੇ ਇਹਨੇ ਪੜ੍ਹ ਲਿਖ ਕੇ ਗੁਰੂ ਘਰ ਨਾਲ ਸੇਵਾ ਸੀ, ਤੇ ਜਦੋਂ ਇਹਨੂੰ ਮਾਪੇ ਮੰਗਣ ਵਿਆਹੁਣ ਦਾ ਪ੍ਰਬੰਧ ਕਰਨ ਲੱਗੇ ਤੇ ਇਹਨੇ ਨਾ ਕਰ ਦਿੱਤੀ। ਅੱਛਾ ਜੀ। ਬਿਲਕੁਲ ਨਾ ਕਰਕੇ ਤੇ ਮਾਤਾ ਜ਼ੋਰ ਪਾਇਆ, ਮਾਤਾ ਸਾਹਿਬ ਕੁਰ ਕੋ ਆ ਗਈ ਤੇ ਉਹਨਾਂ ਵੀ ਕਿਹਾ ਵੀ ਠੀਕ ਆ, ਜੇ ਨਹੀਂ ਚਾਹੁੰਦੇ ਤੇ ਨਾ ਕਰੋ ਫਿਰ ਜੀ। ਜਦੋਂ ਇਹ ਸਮਾਂ ਸਾਰਾ ਜਿਹੜਾ ਗੁਰੂ ਇਤਿਹਾਸ ਦਾ ਚਮਕੌਰ ਸਾਹਿਬ ਦਾ ਸਰਸਾ ਨਦੀ ਤੋਂ ਪਾਰ ਹੋਏ ਉਸ ਜਥੇ ਦੇ ਨਾਲ ਸੀਗੇ ਜੀ ਜੀ, ਤੇ ਇਹ ਸਿੰਘਾਂ ਦੇ ਨਾਲ ਹੀ ਆਪ ਸਰਸਾ ਨਦੀ ਪਾਰ ਕਰ ਗਏ। ਅੱਛਾ ਜੀ। ਜਦੋਂ ਪਾਰ ਕਰ ਗਏ ਤੇ ਬਾਰਿਸ਼ ਨਾਲ ਚਿੱਕੜ ਹੋਇਆ ਸੀ, ਪਾਲਕੀ ਲੈ ਕੇ ਮਾਤਾ ਜੀ ਦੀ, ਸਿੰਘ ਅੱਗੇ ਨਿਕਲ ਗਏ, ਇਹ ਡਿੱਗ ਪਈ ਮੂੰਹ ਭਾਰ, ਹੰਭ ਗਈ ਬਹੁਤਾ ਥੱਕ ਜੀ। ਅੱਛਾ ਜੀ। ਹਨੇਰਾ ਸੀ, ਬਿਜਲੀ ਸੀ, ਜਿੰਨੇ ਚਿਰ ਨੂੰ ਉੱਠ ਕੇ ਤੁਰੀ ਉਨੇ ਚਿਰ ਨੂੰ ਮਗਰੋਂ ਫੌਜ ਆ ਗਈ, ਉਹਨਾਂ ਨੇ ਇਹਨੂੰ ਫੜ ਲਿਆ। ਜਦੋਂ ਫੜ ਲਿਆ ਤੇ ਉਹਨਾਂ ਨੇ ਇਹਨੇ ਲੜਨ ਦੀ ਤਾਂ ਕੋਸ਼ਿਸ਼ ਕੀਤੀ ਪਰ ਇਹਦੇ ਕੋਲ ਇੰਨੀ ਬਰਕਤ ਹੀ ਨਹੀਂ ਰਹੀ, ਤੇ ਉਹਨਾਂ ਨੇ ਉਸ ਸਮੇਂ ਦੇ ਹਾਕਮ ਦੇ ਸਪੁਰਦ ਕਰ ਦਿੱਤਾ। ਇੰਨੀ ਉਹਦਾ ਨਾਂ ਸੀ ਜਰਨੈਲ ਦਾ ਸਮੁੰਦ ਖਾਨ ਜੀ, ਤੇ ਉਹ ਆਪਦੇ ਕਿਲੇ ਵਿੱਚ ਲੈ ਗਿਆ ਇਹਨੂੰ। ਅੱਛਾ ਜੀ। ਜਦੋਂ ਕਿਲੇ ਵਿੱਚ ਲੈ ਗਿਆ, ਜਦੋਂ ਉਹਨੇ ਇਹਦੀ ਸ਼ਕਲ ਸੂਰਤ ਸੁੰਦਰਤਾ ਦੇਖੀ ਤੇ ਉਹ ਆਪਣਾ ਆਪ ਜਿੱਦਾਂ ਕਹਿੰਦੇ ਗਵਾ ਹੀ ਬੈਠਾ। ਅੱਛਾ ਜੀ। ਮੁੱਖ ਦੀ ਤੇ ਗੱਲ ਇਹ ਸੀਗੀ ਵੀ ਉਹ ਇਹਨੂੰ ਫਿਰ ਆਪਦੇ ਪ੍ਰੇਮ ਦੇ ਡੋਰੇ ਪਾਉਣ ਲੱਗ ਗਿਆ ਵੀ ਮੈਂ ਤੈਨੂੰ ਆਪਣੀ ਬੇਗਮ ਬਣਾਊਗਾ, ਪਟਰਾਣੀ ਬਣਾ ਕੇ ਰੱਖੂਗਾ ਸਾਰਿਆਂ ਦੀ। ਇਹਨੇ ਇੱਕ ਗੱਲ ਕਹਿਤੀ ਵੀ ਜਰਾ ਮੂੰਹ ਸੰਭਾਲ ਕੇ ਗੱਲ ਕਰ ਜੀ, ਮੈਂ ਗੁਰੂ ਦੀ ਦਾਸੀ ਹਾਂ, ਮੈਂ ਆਪਦਾ ਧਰਮ ਨਹੀਂ ਕਦੇ ਵੇਚ ਸਕਦੀ, ਮੈਂ ਗੁਰੂ ਦੇ ਸਨਮੁਖ ਅਪਹਰਣ ਕੀਤਾ ਜੀ ਜੀ। ਉਹ ਕਹਿੰਦਾ ਸੱਚੀ ਤੂੰ ਗੁਰੂ ਦਾਸੀ? ਮੈਂ ਮੂੰਹ ਸੜ ਜਾ ਇਸ ਗੱਲ ਨੂੰ। ਉਹ ਕਹਿੰਦਾ ਮੈਂ ਤਾਂ ਤੈਨੂੰ ਗੁਰੂ ਕਿਆਂ ਦੇ ਘਰੋਂ ਸਮਝਿਆ। ਅੱਛਾ ਜੀ। ਉਹ ਕਹਿੰਦੀ ਮੈਂ ਦਾਸੀ ਹਾਂ ਉਹਨਾਂ ਦੀ ਤੇ ਕੁਵਾਰੀ ਹਾਂ, ਇਹ ਉਦੋਂ ਵੀ ਤੰਗ ਸੱਚੀ ਦੁਆਰੀ। ਉਹ ਕਹਿੰਦੀ ਮੈਂ ਸੱਚ ਕੁਵਾਰੀ ਹਾਂ ਤੇ ਕੁਵਾਰੀ ਰਹੂੰਗੀ। ਉਹ ਕਹਿੰਦਾ ਵੀ ਜਿੱਦਾਂ ਮਰਜ਼ੀ ਕਹੀ ਆ, ਪਰ ਤੂੰ ਇਸ ਗੱਲ ਨੂੰ ਛੱਡ ਤੇ ਮੇਰੇ ਪਿਆਰ ਚ ਆ ਤੇ ਸੁੱਖ ਮਾਣ, ਤੇ ਹੋਰ ਤਾਂ ਕੋਈ ਰਿਹਾ ਹੀ ਨਹੀਂ ਤੁਹਾਡਾ। ਤੇ ਕਹਿੰਦੀ ਫਿਰ ਤੈਨੂੰ ਤੇ ਕੋਈ ਐਸ ਕਿਲੇ ਚ ਤੇ ਹਵਾ ਹਵਾ ਦਾ ਬੁੱਲਾ ਵੀ ਨੀ ਡਰਦਾ ਵੜਦਾ, ਮੌਤ ਵੜਦੀ ਆ ਤੇ ਜਾ ਜੀ। ਬਸੰਤ ਲਤਾ ਕਹਿੰਦੀ ਵੀ ਤੈਨੂੰ ਇੱਕ ਹੀ ਗੱਲ ਦੱਸ ਦਿੱਤੀ ਆ ਜੀ, ਵੀ ਮੈਂ ਆਪ ਪਰਣ ਕੀਤਾ ਹੋਇਆ ਵਾ, ਦੁਨੀਆ ਦੀ ਐਸ਼ ਆਰਾਮ ਕੋਈ ਨੀ ਮੰਨਣਾ, ਕਿਸੇ ਮਰਦ ਨੂੰ ਪਤੀ ਨੀ ਮੰਨਣਾ ਜੀ। ਉਹ ਕੋਸ਼ਿਸ਼ ਕਰਨ ਲੱਗਾ, ਬਸੰਤ ਲਤਾ ਕਹਿੰਦੀ ਮੇਰੇ ਕਿਤੇ ਹੱਥ ਨਾ ਪਿੰਡੇ ਨੂੰ ਲਾ ਦੀ, ਸੜ ਜਾਏਗਾ, ਮੈਂ ਬਿਜਲੀ ਹਾਂ। ਅੱਛਾ ਜੀ। ਬਹੁਤ ਸਾਰੀ ਬਹਿਸ ਹੋਈ, ਅਖੀਰ ਉਹਨੇ ਦੇਖਿਆ ਵੀ ਏਦਾਂ ਨਹੀਂ, ਉਹ ਕਿਲੇ ਜੇ ਬੰਦ ਕਰਕੇ ਇਹਨੂੰ ਚਲੇ ਗਿਆ। ਅੱਛਾ ਜੀ। ਤੇ ਉਹ ਕਿਲਾ ਏਦਾਂ ਦਾ ਸੀ ਵੀ ਜਿੱਦਾਂ ਕਹਿੰਦੇ ਨਰਕ ਦੇ ਨਮੂਨੇ ਨੂੰ ਵੀ ਭੈੜਾ ਸੀ, ਅੰਦਰ ਸਲਾਬ ਜੀ, ਥੂਏ ਕੀੜੇ ਮਕੌੜੇ ਚੂਹੇ ਅੰਦਰ ਬਹਿਣ ਵੀ ਥਾਂ ਨੀ। ਅੱਛਾ ਜੀ। ਤਿੰਨ ਦਿਨ ਆਇਆ ਬਸੰਤ ਲਤਾ, ਇੱਕ ਥੜਾ ਜਿਹਾ ਉੱਥੇ ਬੈਠੀ ਬੈਠੀ ਉੱਠ ਕੇ ਭੱਜੀ ਤੇ ਕੰਧ ਜੇ ਵੱਜੀ, ਫਿਰ ਕਹਿੰਦੀ ਓਹੋ ਤੂੰ ਬਸੰਤ ਲਤਾ ਕਹਿ ਦਿਆਂ ਤੂੰ ਕਿੱਧਰ ਜੀ।
ਇਸੇ ਤਰ੍ਹਾਂ 3 ਦਿਨ ਬਸੰਤ ਲਤਾ ਨੇ ਭੁੱਖੀ ਨੇ ਉੱਥੇ ਕੱਢੇ ਤੇ ਫਿਰ 3ਜੇ ਦਿਨ ਇੱਕ ਲੇਡੀ ਨੂੰ ਰੋਟੀ ਦੇ ਕੇ ਭੱਜਿਆ ਉਹਨੇ ਕਿਸੇ ਤਰ੍ਹਾਂ ਵੀ ਕਰਕੇ ਭੁੱਖੀ ਉਹਨੇ ਇੱਥੋਂ ਤੱਕ ਕਿਹਾ ਵੀ ਜੇ ਖਾਣਾ ਨਾ ਖਾਏਗੀ ਆਪੇ ਤੋਂ ਅੰਬ ਜਾਏਗੀ ਤੇ ਫਿਰ ਤੰਦਰੁਸਤੀ ਹੋਵੇ ਤੇ ਫਿਰ ਹੀ ਲੜ ਹੁੰਦਾ ਵਾ ਸਿਰ ਕਰਾਂ ਵੀ ਜੀ। ਫਿਰ ਬਸੰਤ ਲਤਾ ਨੇ ਉਤੋਂ ਰੋਟੀਆਂ ਖਾ ਲਈਆਂ ਦੋ ਤੇ ਉਹ ਕਹਿੰਦੀ ਤੂੰ ਜੇ ਮੇਰਾ ਭਲਾ ਕਰਨਾ ਵਾ ਤੇ ਮੈਨੂੰ ਕਿਲੇ ਚੋਂ ਕੱਢ ਦੇ। ਅੱਛਾ ਜੀ। ਉਹ ਕਹਿੰਦੀ ਮੈਂ ਇਹ ਕੰਮ ਨਹੀਂ ਕਰ ਸਕਦੀ ਪਰ ਓਦਾਂ ਮੈਂ ਜ਼ਰੂਰ ਕਹੂੰਗੀ ਵੀ ਤੇਰੇ ਨਾਲ ਧੱਕਾ ਨਹੀਂ ਕਰੂਗਾ ਖਾਣ। ਜੀ ਜੀ। 2 ਘੰਟੇ ਬਾਅਦ ਉਹ ਚਲੇ ਗਈ ਤੇ ਖਾਣ ਹੋਣੀ ਆ ਗਏ। ਖਾਣ ਹੋਣਾ ਦਾ ਫਿਰ ਉਹੀ ਓਨੀ ਗਿਣਤੀ ਗਿਣੀ ਨਹੀਂ ਜਾ ਸਕਦੀ ਜਿੰਨੀ ਉਹਨੇ ਗੁਰਦੇਵ ਕੇ ਖਿਲਾਫ਼ ਵੀ ਬੋਲੀ ਇਹਨਾਂ ਨੂੰ ਡਰਾਉਣ ਦੇ ਖਿਲਾਫ਼ ਵੀ ਬੋਲੀ। ਬਸੰਤ ਲਤਾ ਨੇ ਇੱਕੋ ਹੀ ਆਖਿਆ ਮੈਂ ਇੱਕ ਵਾਰੀ ਛੱਡਿਆ ਤੇ ਸਾਨੂੰ ਮੈਨੂੰ ਕਹਿੰਦੀ ਭਾਵੇਂ ਵੱਢ ਟੋਕ ਕੇ ਸਿਰ ਦਿਓ ਜੋ ਮਰਜ਼ੀ ਕਰ ਦਿਓ ਭੁੱਖੀ ਮਾਰ ਦਿਓ ਮੈਂ ਆਪਦਾ ਧਰਮ ਨਹੀਂ ਛੱਡ ਸਕਦੀ। ਉਹ ਕਹਿੰਦਾ ਮੈਂ ਅੱਜ ਤੈਨੂੰ ਕਿਸੇ ਕੀਮਤ ਤੇ ਨਹੀਂ ਬਖਸ਼ਦਾ ਇੱਥੇ ਕੌਣ ਕਹਿੰਦਾ। ਅੱਛਾ ਜੀ। ਤੇਰੇ ਵਰਗੀਆਂ ਧਰਮ ਦੱਸਦੇ ਆ ਕਹਿੰਦਾ ਵੀ ਇੱਥੋਂ ਮਰੀਆਂ ਹੀ ਬਾਹਰ ਜਾਂਦੀਆਂ ਜੀਂਦੀ ਕੋਈ ਨੀ ਜਾਂਦੀ। ਬਸੰਤ ਲਤਾ ਕਹਿੰਦੀ ਹਾਂ ਮਗਰਲੀ ਗੱਲ ਠੀਕ ਆ। ਜਦੋਂ ਉਹ ਨਾ ਇਸ ਗੱਲ ਤੇ ਆਇਆ ਇਸ ਗੱਲ ਤੇ ਆ ਗਿਆ ਵੀ ਮੈਂ ਕਹਿੰਦਾ ਤੈਨੂੰ ਚਾਹੁੰਦਾ ਨਹੀਂ ਸੀ ਪਰ ਅੱਜ ਮੈਂ ਤੈਨੂੰ ਬਖਸ਼ੂੰਗਾ ਵੀ ਨਹੀਂ। ਅੱਛਾ ਜੀ। ਤੇ ਉਹ ਬਾਹਾਂ ਫੈਲਾ ਕੇ ਤੇ ਇਉਂ ਫੈਲਾਈਆਂ ਡਰਾ ਡਰੂ ਕੇ ਬਸੰਤ ਲਤਾ ਨੂੰ ਮੈਨੂੰ ਇੰਨੀ ਗੱਲ ਤੋਂ ਹੁਣ ਗਿਣਨੀ ਵੀ ਔਖੀ ਹੈ ਸਮਾਂ ਥੋੜਾ ਵਾ। ਜੀ ਜੀ ਬਿਲਕੁਲ ਹਾਂ ਜੀ। ਤੇ ਬਸੰਤ ਲਤਾ 2 ਕਦਮ ਪਿੱਛੇ ਹਟ ਗਈ। ਜੋ 2 ਕਦਮ ਪਿੱਛੇ ਹਟ ਗਈ ਤੇ ਉਹਨੇ ਬਾਹਾਂ ਫੈਲਾਈਆਂ ਬਸੰਤ ਲਤਾ ਨੂੰ ਆਪਦੀਆਂ ਬਾਹਾਂ ਚ ਘੁੱਟਣ ਲਈ। ਬਸੰਤ ਲਤਾ ਆਪਦਾ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰੀ ਜਾਂਦੀ ਹੈ। ਉਧਰੋਂ ਉਹਨੂੰ ਭੁਲੇਖਾ ਆਇਆ ਵੀ ਮੈਨੂੰ ਗਰੀਬੀ ਸ਼ਕਤੀ ਹੋ ਗਈ ਆ। ਉਹ ਕਹਿੰਦੀ ਸੱਚੇ ਸ਼ਹਿਨਸ਼ਾਹ ਆਪਦੀ ਪੁੱਤਰੀ ਦੀ ਸਿਹਤਾ ਵਾਸਤੇ ਆ ਗਿਆ ਧੰਨ ਉਹ ਸਤਨਾਮ ਸ੍ਰੀ ਵਾਹਿਗੁਰੂ। ਉਹ ਸਿਮਰਨ ਕਰੀ ਜਾਂਦੇ ਤੇ ਉਹਦੇ ਦਿਲ ਚ ਵੀ ਇਹ ਡਰ ਗਈ ਆ ਤੇ ਸਦਾਈ ਜੀ ਹੋ ਗਈ ਆ। ਇਸ ਕਰਕੇ ਜਦੋਂ ਉਹ ਨਾ ਹੀ ਕਿਸੇ ਕੰਮ ਤੇ ਆਇਆ ਤੇ ਬਸੰਤ ਲਤਾ ਨਾਲੇ ਇਹ ਗੱਲ ਕਹਿੰਦੀ ਆ ਇਹਨੂੰ ਪਾਪੀ ਨੂੰ ਸਮਝਾਇਆ ਬਥੇਰਾ ਇਹ ਤਾਂ ਅਕਾਲ ਪੁਰਖ ਦੀ ਸ਼ਕਤੀ ਨੂੰ ਮੈਂ ਮਖੌਲਾਂ ਕਰਦਾ ਸ਼ਹਿਨਸ਼ਾਹ ਧੰਨ ਬੋ ਸਤਿਗੁਰੂ ਜੀ ਤੁਸੀਂ ਆ ਗਏ ਆਪਦੀ ਪੁੱਤਰੀ ਲਈ। ਇੰਨੀ ਚੰਨੀ ਜਦੋਂ ਉਹਨੇ ਬਾਹਾਂ ਖਿਲਾਈਆਂ ਤੇ ਬਾਹਾਂ ਖਿਲਾ ਕੇ ਤੇ ਉਹਦੀਆਂ ਬਾਹਾਂ ਖੁੱਲੀਆਂ ਨੇ ਖੁੱਲੀਆਂ ਪਾਸਿਆਂ ਨੂੰ ਸਜਿਆ ਰਹਿ ਗਈਆਂ ਠਾਂ ਨਹੀਂ ਹੋਈਆਂ ਮੁੜ ਕੇ ਪੈਰ ਧਰਤੀ ਨਾਲ ਜੁੜ ਗਏ। ਤੇ ਜਿਹੜਾ ਸਰੀਰ ਦਾ ਲਹੂ ਸੀ ਉਹ ਜੰਮ ਗਿਆ ਉਹਦਾ ਹੀ। ਜੀ 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 ਆਪਾਂ ਜਾਣ ਸਰ ਜੇ ਥੋੜੀ ਜੀ ਹੈਗਾ ਫਿਰ ਆਪਾਂ ਜੰਮਿਆ ਸਿਰ ਗਈ ਹੋਈ ਆ ਜਦੋਂ ਲਹੂ ਜੰਮ ਗਿਆ ਧੜਕਣ ਲੱਗ ਗਿਆ ਸਭ ਕੁਛ ਤੇ ਫਿਰ ਉਹ ਘਾਬਰ ਗਿਆ ਤੇ ਫਿਰ ਅਖੀਰ ਓਦਾਂ ਹੀ ਆਕੜ ਗਿਆ ਖੜੇ ਦਾ ਖੜਾ ਹੀ ਨਾ ਬਾਹਾਂ ਮੁੜਨ ਤੇ ਨਾ ਹੀ ਉਤੋਂ ਪੈਰ ਚੁੱਕ ਹੋਣ ਤੇ ਫਿਰ ਡੜਿਆ ਕੇ ਕਹਿੰਦਾ ਭੈਣ ਬਸੰਤ ਲਤਾ ਮੈਨੂੰ ਬਖਸ਼ ਲਾ ਮੈਂ ਪਾਪੀ ਆ ਮੈਂ ਦੋਸ਼ ਆ ਮੈਨੂੰ ਆਪਦੇ ਗੁਰੂ ਅੱਗੇ ਵੀ ਅਰਦਾਸ ਕਰ ਮੈਂ 1000 ਅੱਲਾ ਦੀ 100 ਖਾਸ ਕਰ ਤੈਨੂੰ ਭੈਣ ਬਣਾ ਕੇ ਕਸਮ ਖਾ ਕੇ ਕਹਿੰਦਾ ਮੈਂ ਤੈਨੂੰ ਗੁਰੂ ਕਿਆਂ ਦੇ ਨਾਲ ਵੀ ਮਲਾਉਂਗਾ। ਜੀ 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 ਜੀ। ਇਸ ਤਰ੍ਹਾਂ ਫਿਰ ਉਸੇ ਵੇਲੇ ਜਦੋਂ ਇਹ ਵਾਸਤਾ ਪਾ ਕੇ ਤੇ ਉਹਨੇ ਫਿਰ ਬਖਸ਼ ਲਿਆ ਉਹਨੇ ਤੇ ਫਿਰ ਉਹਦੇ ਹੱਥ ਵੀ ਖੁੱਲ ਗਏ ਅੱਖਾਂ ਵੀ ਖੁੱਲ ਗਈਆਂ ਤੇ ਲੱਤਾਂ ਵੀ ਖੁੱਲ ਗਈਆਂ ਤੇ ਬਸੰਤ ਦੇ ਪੈਰੀ ਪੈ ਗਿਆ ਤੇ ਉਹ ਉਸੇ ਵੇਲੇ ਘਰ ਲੈ ਗਿਆ। ਘਰ ਲਿਜਾ ਕੇ 2 ਮਹੀਨੇ ਰੱਖਿਆ ਤੇ ਜਦੋਂ ਅਮਨ ਅਮਾਨ ਹੋਇਆ ਤੇ ਫਿਰ
6 ਸਵਾਰ ਦੇ ਕੇ ਨਾਲ ਤੇ ਇੱਕ ਬੀਬੀ ਰੋਟੀ ਵਾਲੀ ਦੇ ਕੇ ਤੇ ਪਾਣੀ ਚ ਭਾਲ ਕੇ ਘੱਲਿਆ ਤੇ 15 ਦਿਨਾਂ ਚ ਜਿੱਥੇ ਮਾਤਾ ਸਾਹਿਬ ਕੋਲ ਤੇ ਸੁੰਦਰੀ ਜੀ ਸੀ ਉੱਥੇ ਪਹੁੰਚਾਇਆ। ਉੱਥੇ ਜਾ ਕੇ ਇੱਧਰ ਮਾਤਾ ਉਸ ਉਹਦਾ ਸਿਰਕ ਬਸੰਤ ਲਤਾ ਦਾ ਸ਼ਹਿਨਸ਼ਾਹ ਦੇ ਪਿਆ ਉਹਦੇ ਸਿਰਕ ਨੂੰ ਏਦਾਂ ਦਾਤੇ ਨੇ ਅਖੀਰ ਭਾਗ ਪਾ ਜੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ ਤੇ ਨਾਲ ਦੀ ਨਾਲ ਆਪਾਂ ਵਿਸ਼ੇ ਵੱਲ ਚੱਲਦੇ ਹਾਂ ਫਟਾਫਟ ਤੇ ਫਿਰ ਕਾਲਾਂ ਤੁਹਾਡੀਆਂ ਲੈਣੀਆਂ ਸ਼ੁਰੂ ਕਰਦੇ ਹਾਂ। ਇੱਕ ਸਲੋਗਨ ਮੈਂ ਕਿਤੇ ਪੜ੍ਹ ਰਿਹਾ ਸੀ ਕਹਿੰਦਾ ਵੀ ਸਾਦੇ ਵਿਆਹ ਅਤੇ ਸਾਦੇ ਭੋਗ ਨਾ ਕੋਈ ਚਿੰਤਾ ਅਤੇ ਨਾ ਕੋਈ ਰੋਗ। ਬੜੀਆਂ ਵਧੀਆ ਲੱਗੀਆਂ ਲਾਈਨਾਂ ਮੈਨੂੰ, ਪਰ ਵਧੀਆ ਲੱਗੀਆਂ ਵਧੀਆ ਸਭ ਨੂੰ ਲੱਗਦੀਆਂ ਹੋਣਗੀਆਂ, ਤੁਹਾਨੂੰ ਵੀ ਵਧੀਆ ਲੱਗੀਆਂ ਹੋਣਗੀਆਂ, ਪਰ ਗੱਲ ਇਹ ਹੈ ਵੀ ਅਸੀਂ ਅਮਲ ਕਿੰਨਾ ਕੁ ਕਰਦੇ ਹਾਂ। ਆਮ ਤੌਰ 'ਤੇ ਵਿਆਹਾਂ ਦੀ ਗੱਲ ਕਰੀਏ ਤਾਂ ਜਿਹੜੇ ਕਰਦੇ ਵੀ ਨੇ ਬਿਲਕੁਲ ਸਾਦੇ ਵਿਆਹ, ਬਿਲਕੁਲ ਬਿਲਕੁਲ ਇਹੋ ਜਿਹੇ ਵਿਆਹ ਅਸੀਂ ਅਟੈਂਡ ਕੀਤੇ ਨੇ ਜਿਹੜੇ ਤਕਰੀਬਨ 11 ਕੁ ਵਜਦੇ ਨੂੰ ਵਿਆਹ ਖਤਮ ਹੋ ਜਾਂਦਾ, ਸਵੇਰੇ ਟਾਈਮ ਸਿਰ ਆਨੰਦ ਕਾਰ ਸਾਰਾ ਕੁਛ ਹੋਣ ਤੋਂ ਬਾਅਦ। ਪਰ ਕਈ ਇਹੋ ਜਿਹੇ ਵਿਆਹ ਹੈਗੇ ਨੇ ਜਿਹਨਾਂ 'ਚ ਬੇ ਇੰਤਹਾ ਖਰਚਾ ਕੀਤਾ ਜਾਂਦਾ। ਪਹਿਲਾਂ ਸਿਰਫ ਵਿਆਹਾਂ 'ਤੇ ਹੀ ਮੰਨਿਆ ਜਾਂਦਾ ਸੀ ਅਤੇ ਅੱਜ ਕੱਲ੍ਹ ਇਹ ਵੀ ਕੰਪੀਟੀਸ਼ਨ ਹੋ ਗਿਆ ਵੀ ਭੋਗ ਕਰਨਾ ਬਾਪੂ ਦਾ, ਉੱਦਾਂ ਭਾਵੇਂ ਰੋਟੀ ਰੁਟੀ ਨਾ ਪੁੱਛੀ ਹੋਵੇ, ਇੱਕ ਵਾਰੀ ਪਤਾ ਲੱਗਣਾ ਚਾਹੀਦਾ ਰਿਸ਼ਤੇਦਾਰੀ ਦੇ ਵਿੱਚ। ਅੱਛਾ, ਇਵੇਂ ਜਿਵੇਂ ਵਿਆਹ ਦੇ ਵਿੱਚ ਬਹੁਤ ਸਾਰੇ ਲੋਕ ਕਹਿੰਦੇ ਨੇ, ਜਿਵੇਂ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਵੀ ਇਹਦਾ ਖੈਰ ਇਸੇ ਰੋਗ ਦਾ ਮਾਰਿਆ ਹੋਇਆ ਕਹਿ ਸਕਦੇ ਹਾਂ, ਜਿਹੜੇ ਰੋਗ ਨਾਲ ਬੱਕਰੀ ਮਰੀ ਸੀ ਉਹੀ ਰੋਗ ਭਟੋਰੇ ਨੂੰ। ਵਿਆਹ ਦੀ ਗੱਲ ਕਰੀਏ ਤਾਂ ਵਿਆਹ ਦੇ ਵਿੱਚ ਅਸੀਂ ਵੀ ਸੋਚਿਆ ਸੀ ਵੀ ਨਹੀਂ ਸਾਦਾ ਰੱਖੀਏ। ਪਹਿਲੀ ਗੱਲ ਤਾਂ ਇਹ ਆ ਗਈ, ਭੈਣਾਂ ਲਾ ਲਓ, ਰਿਸ਼ਤੇਦਾਰ ਲਾ ਲਓ, ਲੈ 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 ਐਂ ਕਰੋਗੇ ਹੁਣ ਤੁਸੀਂ, ਇੱਕੋ ਇੱਕ ਮੁੰਡਾ ਵਿਆਹਣਾ। ਉਹ ਜਦੋਂ ਗੱਲਬਾਤ ਹੁੰਦੀ ਫਿਰ ਸਾਰੇ ਰਿਸ਼ਤੇਦਾਰ ਜਦੋਂ ਕਹਿੰਦੇ ਵੀ ਨਹੀਂ ਚਲੋ ਕੋਈ ਨਹੀਂ, ਇਹ ਕਈ ਦੇ ਵਿੱਚ ਫਿਰ ਇਹ ਵੀ ਤਾਨਾ ਮਾਰਦੇ, ਭਾਈ ਪੈਸੇ ਪੂਸੇ ਦੀ ਤੰਗੀ ਆ ਤਾਂ ਅਸੀਂ ਦੇ ਦਿੰਦੇ ਹਾਂ, ਐਂ ਨਹੀਂ ਕਰਨਾ ਹੈਗਾ ਇੱਕੋ ਠੋਕ ਕੇ ਵਿਆਹ ਕਰਨਾ, ਅਤੇ ਉਹ ਠੋਕ ਕੇ ਫਿਰ ਬੰਦਾ ਜਦੋਂ ਠੋਕਿਆ ਜਾਂਦਾ ਫਿਰ ਬਾਅਦ 'ਚ ਪਰ ਲੱਗਦਾ। ਖੈਰ ਵਿਆਹ ਦੇ ਮੌਕੇ ਉਦੋਂ ਪਤਾ ਨਹੀਂ ਲੱਗਦਾ, ਜਿਹਦੇ ਕੋਲ ਪੈਸੇ ਮੰਗੋ ਕੋਈ ਨਾ ਨਹੀਂ ਕਰਦਾ, ਪੈਸੇ ਦੇ ਦਿੰਦੇ ਨੇ ਸਾਰੇ, ਅਤੇ ਬਾਅਦ ਦੇ ਵਿੱਚ ਉਹ ਚਿੰਤਾ ਜਾਂ ਰੋਗ ਬਾਅਦ ਦੇ ਵਿੱਚ ਬਣਦਾ ਹੈ। ਜਦੋਂ ਅਸੀਂ ਕਹੀਏ ਤਾਂ ਉਹਦਾ ਵਿਆਹ 'ਤੇ ਅਸੀਂ ਬਹੁਤ ਸਾਰੇ ਵਿਆਹਾਂ ਦੇ ਵਿੱਚ ਦੇਖਿਆ, ਖੈਰ ਕਈਆਂ ਦੀ ਆਦਤ ਹੁੰਦੀ ਹੈ ਪੈਸਾ ਖੁੱਲ੍ਹਾ ਹੁੰਦਾ, ਅਤੇ ਕਈ ਫਿਰ ਦਿਖਾਉਣ ਦੇ ਮਾਰੇ ਪੈਸੇ ਫੜੇ ਹੀ ਹੁੰਦੇ ਘਰ ਜਦੋਂ, ਅਤੇ ਵਿਆਹ ਦੇ ਵਿੱਚ ਨੋਟ ਇਉਂ ਉਡਾਉਂਦੇ ਜਿਵੇਂ ਰੂੰ ਦੇ ਫੰਬੇ ਉੱਡਦੇ ਹੁੰਦੇ, ਰੂੰ ਦੇ ਫੰਬੇ ਹਵਾ ਦੇ ਵਿੱਚ ਐਂ ਉੱਡਦੇ ਨੋਟ ਦੇਖੇ ਆਪਾਂ ਵਿਆਹਾਂ ਦੇ ਵਿੱਚ। ਅਤੇ ਚਲੋ ਇਹ ਹੁਣ ਭੋਗਾਂ ਦੇ ਉੱਪਰ ਵੀ ਇਹ ਚੀਜ਼ ਹੋ ਗਈ ਵੀ ਬਾਪੂ ਨੇ ਕਿਹੜਾ ਰੋਜ਼ ਰੋਜ਼ ਮਰਨਾ, ਲੈ ਦੱਸੋ, ਨਹੀਂ 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 ਪੂਰਾ ਕਰਨਾ ਜੀ, ਟੌਰ ਨਾ ਕਰਨਾ, ਵੱਡਾ ਕਰਨ ਦਾ ਇੱਕ ਰਿਵਾਜ਼ ਹੈਗਾ ਸਾਡੇ ਪਿੰਡਾਂ ਦੇ ਵਿੱਚ। ਚਲੋ ਚੰਗੀ ਗੱਲ ਹੈ, ਪਤਾ ਲੱਗਦਾ ਬਜ਼ੁਰਗ ਹੋ ਕੇ ਮਰੇ ਨੇ। ਅਸੀਂ ਗੱਲ ਕਰਾਂਗੇ ਵਿਆਹਾਂ ਦੀ ਅੱਜ ਇੱਕ ਵਾਰ ਫਿਰ, ਵਿਆਹਾਂ ਦੀ ਗੱਲ ਵੀ, ਵਿਆਹ ਦੇ ਕਾਰਡਾਂ ਦੀ ਗੱਲ ਖਾਸ ਤੌਰ 'ਤੇ। ਵਿਆਹ ਦੇ ਕਾਰਡ ਆਮ ਤੌਰ 'ਤੇ ਹੁੰਦਾ ਸੀ ਪੜ੍ਹਦੇ ਹਾਂ, ਔਰ 90% 80-90% ਲੋਕ ਤਾਂ ਪੜ੍ਹਦੇ ਵੀ ਨਹੀਂ ਹੈਗੇ। ਹਾਂ ਭਾਈ ਕਿੱਦਣ ਦਾ ਵਿਆਹ, ਇੱਦਣ ਦਾ, ਮੈਸੇਜ ਕਰ ਦਿਓ ਫਿਰ ਨੇੜੇ ਜਾ ਕੇ, ਨਾ ਭੁੱਲ ਜਾਂਦਾ ਬੰਦਾ ਕਈ ਵਾਰੀ, ਕਾਰਡ ਉੱਦੇ ਪਿਆ ਤਾਂ ਦੇਖਦਾ ਵੀ ਨਹੀਂ ਹੈਗਾ। ਪਰ ਕਮਾਲ ਦੀ ਗੱਲ ਇਹ ਹੈ ਕਿ ਅੱਜ ਕੱਲ੍ਹ ਕਾਰਡਾਂ ਦੇ ਵਿੱਚ ਵੀ ਕੰਪੀਟੀਸ਼ਨ ਹੋਇਆ ਹੋਇਆ ਵਿਆਹ ਦੇ ਕਾਰਡਾਂ 'ਚ। ਕੰਪੀਟੀਸ਼ਨ ਇਹ ਹੋਇਆ ਵੀ ਜਿੱਥੇ ਕਾਰਡ ਆਮ ਸੱਦਾ ਪੱਤਰ ਹੁੰਦਾ ਤਾਂ ਉੱਥੇ ਕਾਰਡ ਵੀ ਇੱਕ ਬਹੁਤ ਵੱਡਾ ਦਿਖਾਵਾ ਬਣ ਕੇ ਰਹਿ ਗਿਆ। ਹਾਲਾਂਕਿ ਮੈਨੂੰ ਨਹੀਂ ਲੱਗਦਾ ਕਿ ਲੋਕ ਕਾਰਡ ਦੇਖਦੇ ਹੋਣਗੇ, 300-400 ਦਾ ਕਾਰਡ ਰੁਪਈਏ ਦਾ, 300-400 ਰੁਪਈਏ ਦਾ ਕਾਰਡ। ਇੱਧਰਲੇ ਮੁਲਕਾਂ ਦੀ ਗੱਲ ਕਰੀਏ ਤਾਂ ਇੱਧਰ ਵੀ ਮਤਲਬ 5-5, 10-10, 20-20, 30-30 ਡਾਲਰ ਦਾ ਕਾਰਡ, ਜਿਹੜਾ 50-50 ਡਾਲਰ ਦਾ, ਉਹ ਆਮ ਵਿਆਹਾਂ ਦੇ ਵਿੱਚ ਦੇਖਣ ਨੂੰ ਮਿਲਦਾ। ਅਤੇ ਅੰਬਾਨੀ ਦੇ ਘਰ ਵਿਆਹ ਹੋਇਆ ਸੀ, ਮੇਰੇ ਖਿਆਲ ਉਹਦੇ ਪੋਤੀ ਦਾ ਹੋਇਆ ਸੀ, ਮੁੰਡੇ ਦਾ ਹੋਇਆ ਸੀ, 2 ਲੱਖ ਰੁਪਈਏ ਦਾ ਕਾਰਡ ਸੀ ਵਿਆਹ ਦਾ। ਕੀ ਖਿਆਲ ਹੈ ਤੁਹਾਡਾ ਕਿ ਜ਼ਰੂਰੀ ਹੈਗਾ ਇਹਦੇ 'ਚ ਵੀ ਦਿਖਾਵਾ ਕਾਰਡਾਂ ਦੇ ਵਿੱਚ, ਜਾਂ ਸਿਰਫ ਸੱਦਾ ਪੱਤਰ ਹੈਗਾ ਤਾਂ ਸੱਦਾ ਪੱਤਰ ਲਿਖਿਆ ਉਹੀ ਅੱਖਰ ਉਹੀ ਨੇ ਵੀ 19 ਤਰੀਕ ਨੂੰ ਵਿਆਹ, 19 ਤਰੀਕ ਨੂੰ ਜਾਗੋ, 19 ਤਰੀਕ ਨੂੰ ਆ, 19 ਤਰੀਕ ਨੂੰ ਆ। ਕੀ ਵਿਚਾਰ ਨੇ ਤੁਹਾਡੇ ਵਿਆਹਾਂ ਵਿੱਚ ਕਾਰਡਾਂ ਦੇ ਉੱਪਰ ਹੁੰਦੀ ਫਜ਼ੂਲ ਖਰਚੀ ਬਾਰੇ? ਕਾਲ ਲੈਂਦੇ ਤੁਹਾਡੀ। ਹੈਲੋ 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 ਜੀ, ਸਤਿ ਸ਼੍ਰੀ ਅਕਾਲ ਜੀ। ਹਾਂ ਜੀ, ਜਗਤਾਰ ਸਿੰਘ ਜੀ, ਮੈਂ ਗੁਰਮੇਲ ਸਿੰਘ ਜੀ ਬੋਲਦਾ ਜੀ। ਜੀ ਸਭ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਜੀ, ਕਾਫੀ ਦੇਰ ਦੀ ਕਾਲ ਬੋਲਦਾ। ਹਾਂ ਜੀ, ਅੱਛਾ ਮੈਂ ਗੱਲ ਕਰਨੀ ਚਾਹੁੰਦਾ, ਇਹ ਵਿਆਹ ਦੀ ਤਾਂ ਨਹੀਂ ਹੈਗੀ ਜੀ, ਪਹਿਲਾਂ ਤਾਂ ਮੈਂ ਗੱਲ ਕਰਨੀ ਚਾਹੁੰਦਾ ਜਿਹੜਾ ਜੀ
ਤਹਿਰਾਨ ਦੇ ਵਿੱਚ ਯੂਕਰੇਨੀਅਨ ਏਅਰਲਾਈਨ ਕ੍ਰੈਸ਼ ਹੋਈ ਆ, ਹਾਂਜੀ, ਉਸ ਦਾ ਬਹੁਤ ਹੀ ਦੁੱਖ ਹੋਇਆ ਜਦੋਂ ਦੀ ਖਬਰ ਸੁਣੀ। 63 ਬੰਦੇ ਕੈਨੇਡਾ ਦੇ ਸੀਗੇ ਜੀ, 63 ਕੈਨੇਡਾ ਦੇ ਸੀ, 63 ਬੰਦੇ ਕੈਨੇਡਾ ਦੇ ਸੀ, ਜਿਹਦੇ ਵਿੱਚ 16-17 ਸਾਡੇ ਟੋਰਾਂਟੋ ਏਰੀਏ ਦੇ ਸੀ। ਓਹ ਅੱਛਾ, ਤੁਹਾਡੇ ਵਾਕਫ ਮਤਲਬ ਸੀਗੇ ਹੋਣਗੇ। ਹਾਂ ਜੀ, ਇੱਥੇ ਇਰਾਨੀਅਨ ਸੀ ਵਿਚਾਰੇ, ਬਹੁਤ ਚੰਗੇ ਲੋਕ ਇਰਾਨੀਅਨ। ਕੱਲ ਨੂੰ ਉਹਨਾਂ ਦੀ ਇੱਥੇ ਇਰਾਨੀਅਨ ਕਮਿਊਨਿਟੀ ਸੈਂਟਰ ਦੇ ਵਿੱਚ ਸਰਵਿਸ ਹੋਣੀ ਆ। ਬਹੁਤ ਹੀ ਦੁੱਖ ਭਰੀ ਖਬਰ ਆ, ਕਿਉਂਕਿ ਵਿਚਾਰੇ ਅਸੀਂ ਵੀ ਸਫ਼ਰ ਕਰਦੇ ਹਾਂ, ਸਾਡੇ ਨਾਲ ਵੀ ਹੋ ਸਕਦਾ, ਕੁਛ ਵੀ ਹੋ ਸਕਦਾ, ਪਰ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ, ਤੇ ਆਪਾਂ ਹੋਰ ਕੀ ਕਰ ਸਕਦੇ ਹਾਂ, ਅਰਦਾਸ ਹੀ ਕਰ ਸਕਦੇ ਹਾਂ। ਧੀਰ ਸਾਹਿਬ, ਮੈਂ ਜਿਵੇਂ ਪਹਿਲਾਂ ਸ਼ੁਰੂ 'ਚ ਗੱਲ ਕੀਤੀ ਹੈ ਵੀ ਇੱਕ ਅਜੀਬ ਜਿਹਾ ਮਾਹੌਲ ਨਹੀਂ ਬਣਿਆ ਪਿਆ ਪੂਰੀ ਦੁਨੀਆ ਦੇ ਵਿੱਚ ਹੀ, ਅਗਰ ਦੇਖਿਆ ਜਾਵੇ ਤਾਂ ਬੜਾ ਦਰਦ ਭਰਿਆ। ਹਾਂਜੀ, ਉਹਦੀ ਮੈਂ ਗੱਲ ਕਰਦਾ, ਇੱਕ ਮੈਂ ਗੱਲ ਕਰਨੀ ਚਾਹੁੰਦਾ, ਤੁਸੀਂ ਮਾਂ ਦਾ ਵੀ ਜ਼ਿਕਰ ਕੀਤਾ ਸੀ, ਇਹ ਸਿੱਖ ਇਤਿਹਾਸ ਦੇ ਨਾਲ ਰਿਲੇਟਡ ਹੈ, ਤੇ ਕਿਉਂਕਿ ਜਿਸ ਵਕਤ ਜਨਰਲ ਹਰੀ ਸਿੰਘ ਨਲੂਆ ਨੇ ਪਿਸ਼ਾਵਰ ਜਿੱਤਿਆ ਨਾ, ਉਦੋਂ ਅਜੇ ਉਹ ਬਾਅਦ ਦੇ ਵਿੱਚ ਉਹਨਾਂ ਨੇ ਜਮਰੌਲ ਦਾ ਕਿਲ੍ਹਾ ਬਣਾਇਆ ਸੀ, ਤਾਂ ਉਦੋਂ ਖਾਲਸਾ ਫੌਜ ਉੱਥੇ ਪਿਸ਼ਾਵਰ ਦੇ ਏਰੀਏ 'ਚ ਤੰਬੂ ਲਾ ਕੇ ਬੈਠੀ ਸੀ, ਉਹ ਖੈਬਰ ਦਾ ਦਰਾ। ਅੱਛਾ ਜੀ, ਉਸ ਇਲਾਕੇ 'ਚ ਉੱਥੇ ਇੱਕ ਤੰਬੂ ਦੇ ਵਿੱਚ ਜਨਰਲ ਹਰੀ ਸਿੰਘ ਨਲੂਆ ਵੀ ਬੈਠੇ ਸੀ, ਤੇ ਉੱਥੇ ਇੱਕ ਬਾਨੋ ਨਾਂ ਦੀ ਪਠਾਣੀ ਔਰਤ ਆਈ, ਉਹ ਕਹਿੰਦੀ ਮੈਂ ਦੇਖਣਾ ਚਾਹੁੰਦੀ ਹਾਂ ਵੀ ਜਿਹੜੇ ਕੌਣ ਆ ਇਹ ਏਡਾ ਵੱਡਾ ਜਰਨੈਲ ਜਿਹਨੇ ਸਾਡੀ ਕੌਮ ਨੂੰ ਬਾਣੀ ਪਾਇਆ, ਅੱਜ ਤੱਕ ਸਾਡੀ ਕੌਮ ਕਿਸੇ ਤੋਂ ਹਾਰੀ ਨਹੀਂ, ਲੇਕਿਨ ਇਸ ਬੰਦੇ ਨੇ ਸਾਡੀ ਕੌਮ ਨੂੰ ਹਰਾਇਆ। ਤੇ ਉਹ ਜਿਹੜੇ ਦੋ ਫੌਜੀ ਖੜੇ ਸੀ ਬਾਰ ਤੰਬੂ ਦੇ, ਉਹ ਕਹਿੰਦੇ ਵੀ ਰਹਿਣ ਦੇ ਭੈਣ, ਤੂੰ ਕੀ ਕਰਨ ਜਾਣਾ, ਤੇ ਜਨਰਲ ਸਾਹਿਬ ਕੋਲ ਇਹੋ ਜਿਹਾ ਕੋਈ ਟਾਈਮ ਨਹੀਂ ਪਏ। ਉਹ ਬੜੀ ਅੜੀ ਰਹੀ, ਅੰਦਰ ਗਏ, ਉਹ ਜਨਰਲ ਸਾਹਿਬ ਕਹਿੰਦੇ ਲੈ ਆਓ ਕੋਈ ਗੱਲ ਨੀ, ਅੰਦਰ ਗਈ ਤੇ ਜਾ ਕੇ ਕਹਿੰਦੀ ਮੈਨੂੰ ਤੇਰੇ ਤੋਂ ਇੱਕ ਪੁੱਤ ਚਾਹੀਦਾ। ਅੱਛਾ ਜੀ, ਉਹ ਕਹਿੰਦੇ ਬੀਬੀ ਤੂੰ ਚਲੀ ਜਾ, ਇਹ ਸਾਡਾ ਕੰਮ ਨੀ ਹੈਗਾ ਇਹੋ ਜਿਹਾ ਕੁਛ, ਅਸੀਂ ਤਾਂ ਜਨਰਲ ਹੁੰਦੇ ਹਾਂ, ਸਾਡਾ ਲੜਨਾ ਕੰਮ ਆ, ਅਸੀਂ ਖਾਲਸੇ ਹੁੰਦੇ ਹਾਂ, ਅਸੀਂ ਇਹੋ ਜਿਹਾ ਕੰਮ ਨੀ ਕਰਦੇ ਹੁੰਦੇ। ਜੀ ਜੀ, ਨਹੀਂ ਉਹ ਹਟੀ ਨੀ। ਫਿਰ ਜਨਰਲ ਸਾਹਿਬ ਨੇ ਕੀ ਕੀਤਾ, ਸਰਦਾਰ ਹਰੀ ਸਿੰਘ ਨਲੂਆ ਨੇ ਇੱਕ ਚਾਦਰ ਮੰਗਾਈ ਚਿੱਟੇ ਰੰਗ ਦੀ। ਅੱਛਾ ਜੀ, ਚਾਦਰ ਮੰਗਾ ਕੇ ਉਹਦੇ ਸਿਰ ਦੇ ਉੱਤੇ ਦਿੱਤੀ, ਕਹਿੰਦਾ ਬੀਬੀ ਖੜੀ ਹੋ ਜਾ। ਅੱਛਾ ਜੀ, ਤੇ ਉਹਨਾਂ ਦੇ ਉਹਦੇ ਪੈਰਾਂ ਵਿੱਚ ਮੱਥਾ ਟੇਕ ਕੇ ਕਹਿੰਦਾ ਮਾਂ ਤੂੰ ਮੈਨੂੰ ਅੱਜ ਆਪਣਾ ਪੁੱਤ ਬਣਾ ਲੈ। ਦੇਖ ਲਓ ਤੁਸੀਂ, ਇਹੋ ਜਿਹੇ ਕਿਰਦਾਰ ਦੇ ਲੋਕ ਸੀ ਉਹ। ਇਸੇ ਕਰਕੇ ਖਾਲਸੇ ਨੇ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਸੀ। ਬਿਲਕੁਲ ਜੀ ਧੀਰ ਸਾਹਿਬ, ਬਿਲਕੁਲ ਤੁਹਾਡੀ ਸਹੀ ਹੈ ਜੀ, ਕਿਰਦਾਰ ਸਭ ਤੋਂ ਉੱਚਾ ਸੀਗਾ ਉਸ। ਹਾਂਜੀ, ਉਹਨਾਂ ਲੋਕਾਂ ਦਾ ਕਿਰਦਾਰ ਸੀ, ਕਹਿਣੀ ਤੇ ਕਰਨੀ ਇੱਕ ਸੀ। ਜੀ ਜੀ, ਬਿਲਕੁਲ ਜੀ, ਬਿਲਕੁਲ। ਲੇਕਿਨ ਅੱਜ ਸਾਡੀ ਹੈ ਨਹੀਂ, ਅਸੀਂ ਅੱਜ ਕੁਛ ਕਹਿੰਦੇ ਹਾਂ, ਕੱਲ ਨੂੰ ਕੁਛ ਕਹਿੰਦੇ ਹਾਂ। ਮਿਹਰਬਾਨੀ ਜੀ ਧੀਰ ਸਾਹਿਬ, ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਮਿਹਰਬਾਨੀ, ਬਹੁਤ ਵਧੀਆ ਗੱਲਾਂ। ਆ ਸੋਰੀ, ਮੈਂ ਕਾਲ ਕਰਤੀ ਹੈ ਜੀ, ਕੋਈ ਜ਼ਰੂਰੀ ਗੱਲ ਹੋਵੇ ਤਾਂ ਦੁਬਾਰਾ ਤੁਸੀਂ ਕਾਲ ਕਰ ਲਓ ਧੀਰ ਸਾਹਿਬ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ, ਆਪਣਾ ਮਨਜੀਤ ਸਿੰਘ ਜੀ। ਹਾਂਜੀ ਹਾਂਜੀ, ਜਿਹੜੇ ਇਹ ਫਿਊਲ ਖਰਚਿਆਂ ਨੇ, ਚਲੋ ਬਾਹਰਲੇ ਬੰਦੇ ਤਾਂ ਫਿਰ ਵੀ ਸਹਿਣ ਕਰ ਗਏ, ਤੇ ਜਿਹੜੀ ਪੰਜਾਬ ਨੂੰ ਬੜੀ ਮਾਰ ਪਈ ਇਹਦੀ, ਕਿਉਂਕਿ ਪੰਜਾਬ ਵਾਲੇ ਜਿਹੜੇ ਹੈਗੇ ਨੇ ਫਿਰ ਉਹ ਦੇਖਾ ਦੇਖੀ ਕਰਦੇ ਨੇ ਜੀ ਉਹ। ਹਾਂਜੀ, ਉਹ ਮੈਂ ਕਾਰਡ ਦੇਖ ਕੇ ਹੈਰਾਨ ਰਹਿ ਗਿਆ ਵੀ ਕਾਰਡਾਂ ਉੱਪਰ ਇੰਨਾ ਇੰਨਾ ਖਰਚਾ ਲੋਕ ਕਰਦੇ ਨੇ, ਸਿਰਫ ਕਾਰਡ ਜਿਹਦਾ ਇੱਕ ਸੱਦਾ ਪੱਤਰ ਹੁੰਦਾ ਹੈ, ਸੱਦਾ ਪੱਤਰ ਦੇ ਵਿੱਚ ਉੱਤੇ ਵੀ ਮਤਲਬ ਕਿ ਦੂਜੀ ਦੁੱਖ ਦੀ ਗੱਲ ਇਹ ਹੈ ਕਿ ਉਹਨੂੰ ਕੋਈ ਬਾਹਲੇ ਲੋਕ ਪੜ੍ਹਦੇ ਵੀ ਨਹੀਂ ਚੰਗੀ ਤਰ੍ਹਾਂ, ਵੀ ਦੇਖਦੇ ਵੀ ਨਹੀਂ ਹੈ ਵੀ ਭਾਈ ਇੰਨਾ ਵਧੀਆ ਕਾਰਡ ਆਇਆ ਤੈਨੂੰ, ਦੇਖੀਏ ਸਹੀ ਕੀ ਹੈ। ਹਾਂਜੀ, ਉਹ ਕਾਰਡ ਤਾਂ ਨਹੀਂ ਨਾਲ 250 ਦਾ ਡੱਬਾ ਹੀ ਲੈ ਕੇ ਜਾਂਦੇ ਆ ਜਾਂ ਕੁਛ ਵੀ ਆ, ਤੇ ਉਹ ਚਲੋ ਹੁਣ ਜਦੋਂ ਜੇ ਬੰਦਾ ਬਾਹਰਲਾ ਜ਼ਿਆਦਾ ਖਰਚਾ ਕਰ ਵੀ ਜਾਂਦਾ, ਇੱਥੇ 2 ਸਾਲ ਲਾ ਵੀ ਲਊਗਾ ਆਪਣਾ ਖਰਚਾ ਕਵਰ ਕਰਦੇ ਹੈ, ਹੁਣ ਜਿੱਥੇ ਉੱਥੇ ਬੰਦਾ ਚੱਕ ਥੱਲ ਕੇ ਇੱਧਰੋਂ ਪੈਸੇ ਜਾ ਰਹੀ ਉਹ ਚੱਕੇ ਜਾਂ ਵਿਆਜੂ ਚੱਕੇ ਜਾਂ ਕੁਛ ਵੀ ਆ, ਉਹੀ ਬੰਦੇ ਜ਼ਿਆਦਾ ਮਾਰ ਖਾ ਰਿਹਾ ਉੱਥੇ ਪੰਜਾਬ ਦੀ। ਹੋਰ ਪਹਿਲਾਂ ਇੰਨੇ ਹਾਲਾਤ ਖਰਾਬ ਨਹੀਂ ਸੀਗੇ, ਇਹ ਰਿਸੋਰਸੀ ਜਾ ਕੇ ਵੀ ਆਪਣਾ। ਬਿਲਕੁਲ, ਇਹ ਦਰੁਸਤ ਗੱਲ ਹੈ ਕਿ ਪਹਿਲਾਂ ਤਾਂ ਇਹ ਚਿੰਤਾ ਦਾ ਵਿਸ਼ਾ ਬਣਦੀ ਗੱਲ, ਫਿਰ ਇਹ ਰੋਗ ਬਣ ਜਾਂਦਾ, ਫਿਰ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਵੀ ਬਣ ਜਾਂਦੀਆਂ ਇਹ ਚੀਜ਼ਾਂ ਸੋਚ ਕੇ। ਹਾਂਜੀ 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 ਜੀ, ਤੇ ਬਾਕੀ ਜਿਹੜਾ ਹੁਣ ਤੁਸੀਂ ਲਾ ਲਓ ਉਹ ਜਿਹੜਾ ਨਾ ਲੱਖਾਂ ਰੁਪਈਏ ਲਾ ਦਿੰਦੇ ਆ ਦਿਹਾੜੀ, ਜਾਂ ਹੁਣ 5-7-10 ਲੱਖ ਰੁਪਈਏ ਦਾ ਹਾਲ ਹੀ ਉਹ ਖਰਚੇ ਆ, ਉਹ ਕਿੱਥੋਂ ਰਿਕਵਰੀ ਕਰਨੀ ਹੈ। ਚਲੋ ਬਾਹਰਲੇ ਮੁਲਕਾਂ 'ਚ ਜੇ ਪੈਸਾ ਆਉਂਦਾ ਬੰਦਾ ਸਪੈਂਡ ਵੀ ਕਰ ਦਿੰਦਾ, ਵਾਪਸ ਆ ਜਾਂਦਾ ਕਮਾ ਲੈਂਦਾ, ਉੱਥੇ ਕੋਈ ਕਮਾਈ ਦਾ ਸਾਧਨ ਹੈ ਨੀ ਆਪਣੇ। ਇਹ ਚੀਜ਼ ਹੈਗੀ ਆ, ਦਿਖਾਵੇ ਦਾ ਸਾਧਨ ਹੈਗਾ, ਦਿਖਾਵੇ ਦਾ ਸਾਧਨ। ਹਾਂਜੀ ਹਾਂਜੀ, ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਜੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਵੀ ਕਈ ਵਾਰੀ ਚੀਜ਼ ਦਾ ਸਰ ਸਕਦਾ ਹੁੰਦਾ ਸਾਡਾ,
ਇਹ ਸਾਡੇ ਆਪਣੇ ਵੀ ਤਜਰਬੇ ਦੇ ਵਿੱਚ, ਕੋਈ ਮੈਂ ਕਿਸੇ ਨੂੰ ਨਹੀਂ ਕਹਿੰਦਾ, ਮੈਂ ਆਪਣੇ ਆਪ ਨੂੰ ਵੀ ਇਸੇ ਰੱਸੀ ਦੇ ਵਿੱਚ ਬੰਨਦਾ ਕਿ ਕਈ ਚੀਜ਼ਾਂ ਨਾਲ ਸਰ ਸਕਦਾ ਹੁੰਦਾ, ਪਰ ਅਸੀਂ ਸਿਰਫ ਇਸੇ ਕਰਕੇ ਵੀ ਚਲੋ ਯਾਰ ਕਿਹੜਾ ਕੰਮ ਰੋਜ਼ ਰੋਜ਼ ਕਰਨਾ। ਈਵਨ ਘਰ ਦੇ ਵਿੱਚ ਵੀ ਜਦੋਂ ਅਸੀਂ ਘਰ ਬਣਾਉਂਦੇ ਹਾਂ ਤਾਂ ਬਜਟ ਉਹਦਾ ਲੈ ਕੇ ਚੱਲਦੇ ਹਾਂ ਹੋਰ, ਪਰ ਬਾਅਦ ਦੇ ਵਿੱਚ ਵੀ ਕਿਹੜਾ ਘਰ ਰੋਜ਼ ਰੋਜ਼ ਬਣਾਉਣਾ, ਕਰਦੇ ਕਰਦੇ ਮਿਸਤਰੀ ਮਿਸਤਰੀ ਇੰਨਾ ਕੁ ਪੰਪ ਭਰ ਦਿੰਦੇ ਵੀ ਭਾਅ ਜੀ ਕਿਹੜਾ ਰੋਜ਼ ਰੋਜ਼ ਬਣਾਉਣਾ ਜੀ, ਅਤੇ ਉਹ 5-7 ਲੱਖ 10 ਲੱਖ ਮਾਮੂਲੀ ਗੱਲ ਹੈ ਘਰ ਦੇ ਉੱਪਰ ਵੱਧ ਲੱਗਣਾ, ਇਹੀ ਹਾਲ ਵਿਆਹ ਦਾ। ਪਰ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ, ਕਈ ਇੰਨੇ ਮਹਿੰਗੇ ਮਹਿੰਗੇ ਕਾਰਡ ਜਿਹੜੇ ਉਹ ਹੋਣੇ ਚਾਹੀਦੇ ਕਿ ਨਹੀਂ ਹੋਣੇ ਚਾਹੀਦੇ? ਬ੍ਰੇਕ ਤੋਂ ਬਾਅਦ ਆਪਾਂ ਤੁਹਾਡੀਆਂ ਖਾਲਾਂ ਫਿਰ ਲਵਾਂਗੇ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ, ਫਟਾਫਟ ਤੁਹਾਡੀਆਂ ਕਾਲਾਂ ਵੱਲ ਚੱਲਦੇ ਹਾਂ, ਜਾਣਦੇ ਤੁਹਾਡੇ ਵਿਚਾਰ ਕੀ ਨੇ ਅੱਜ ਦੇ ਵਿਸ਼ੇ ਬਾਰੇ। ਹੈਲੋ ਹੈਲੋ ਜੱਗੀ ਭਾਈ, ਸਤਿ ਸ਼੍ਰੀ ਅਕਾਲ। ਵਾਜੀ ਵਾਜੀ ਵਾ, ਕੁਮਾਰ ਪਵਨਦੀਪ ਸਾਹਿਬ ਵੈਲਕਮ ਬੈਕ ਹੋ ਗਏ ਇੰਡੀਆ ਤੋਂ। ਹਾਂਜੀ ਵੈਲਕਮ ਬੈਕ ਹੋ ਗਿਆ ਜੀ, ਵੈਲਕਮ ਬੈਕ ਹੋ ਗਿਆ ਮਹਾਰਾਜ। ਕਿੰਨਾ ਸਮਾਂ ਲਾ ਇੰਡੀਆ ਹੈ? ਬਸ ਕੀ ਕਰੀ ਮਹਾਰਾਜ, ਦਸੰਬਰ ਜਨਵਰੀ ਤੁਹਾਨੂੰ ਪਤਾ ਵਿਆਹਾਂ ਦਾ ਸੀਜ਼ਨ ਹੁੰਦਾ। ਮੈਂ ਵੀ ਇਹੀ ਪੁੱਛਾਂ ਜੀ, ਵਿਆਹ ਕਿੰਨੇ ਕੁ ਅਟੈਂਡ ਕੀਤੇ? ਵੈਸੇ ਤਾਂ ਅੱਜ ਕੱਲ੍ਹ ਮੈਸੇਜਾਂ ਦਾ ਰਿਵਾਜ ਹੈਗਾ, ਪਰ ਪਵਨ ਭਾਜੀ ਮੈਂ ਬਹੁਤ ਘਰਾਂ ਦੇ ਵਿੱਚ ਦੇਖਿਆ, ਮੈਂ ਇੱਕ ਪੜ੍ਹ ਰਿਹਾ ਸੀ ਕਿਸੇ ਅੰਬਾਨੀ ਦਾ ਸੀ ਸ਼ਾਇਦ, ਕੀਤਾ ਸੀ 2 ਲੱਖ ਰੁਪਏ ਦਾ ਕਾਰਡ ਸੀਗਾ, ਤੇ ਸਾਡੇ 'ਚ ਵੀ ਉਹ ਆਮ ਲੋਕਾਂ 'ਚ ਵੀ ਉਹ ਰੁਝਾਨ ਜਿਹੜਾ ਪੈਦਾ ਹੋ ਗਿਆ ਵੀ ਮਹਿੰਗੇ ਕਾਰਡ ਦੇ, ਇਹ ਮਹਿੰਗੇ ਕਾਰਡ ਦੀ, ਮਹਿੰਗੇ ਕਾਰਡ ਦੇਣ ਦਾ ਕੀ ਆਈਡੀਆ ਹੈਗਾ, ਚਾਹੀਦੇ ਨਹੀਂ ਚਾਹੀਦੇ? ਜੱਗੀ ਭਾਈ ਗੱਲ ਹੈ ਵੀ ਨਾ ਦਿਖਾਵਾ ਜ਼ਿਆਦਾ, ਹੋਰ ਕੋਈ ਗੱਲ ਨਹੀਂ ਇਹਦੇ 'ਚ, ਮਤਲਬ ਜਿੰਨੇ ਆਉਣਾ ਉਹਨੇ ਤਾਂ ਕਹਿਣ 'ਤੇ ਵੀ ਆ ਜਾਣਾ, ਪਰ ਉਹੀ ਗੱਲ ਆ ਵੀ ਉਹਨੇ 500 ਦਾ ਦਿੱਤਾ, ਮੈਂ 800 ਦਾ ਦੇਣਾ। ਹਾਂ ਇਹ ਪੰਗਾ ਸਭ ਤੋਂ ਵੱਡਾ, ਔਰ ਕਹਿੰਦੇ ਵੀ ਸਾਦੇ ਵਿਆਹ ਅਤੇ ਸਾਦੇ ਭੋਗ, ਨਾ ਕੋਈ ਚਿੰਤਾ ਨਾ ਕੋਈ ਰੋਗ, ਇਹ ਪਹਿਲਾਂ ਤਾਂ ਚਿੰਤਾ ਬਣਦੀ ਹੈ ਚੀਜ਼ ਜਦੋਂ, ਮੈਂ ਹੁਣ ਗੱਲ ਆਪਣੀ ਕਰ ਰਿਹਾ ਸੀ ਪਵਨ ਭਾਜੀ ਵੈਸੇ, ਹਾਂਜੀ, ਕਿ ਅਸੀਂ ਸੋਚੀਏ ਵੀ ਭਾਵੇਂ ਚਾਹੀਏ ਵੀ ਨਹੀਂ ਭਾਈ ਸਾਦਾ ਰੱਖਣਾ ਘੱਟ ਰੱਖਣਾ, ਅਤੇ ਉਹ ਫਿਰ ਰਿਸ਼ਤੇ ਰੁਸ਼ਤੇਦਾਰ ਜਿਹੜੇ ਹੁੰਦੇ ਤਾਂ ਲੈ ਲੈ ਇੱਕੋ ਇੱਕ ਮੁੰਡਾ ਵਿਆਹੁਣਾ ਉਹਨੇ ਨੀ, ਉੱਥੇ ਜੱਗੀ ਭਾਜੀ ਪੰਜਾਬ ਨੂੰ ਮਰਵਾਏ ਇਸ ਕੰਮ ਨੇ, ਤੇ ਦੂਜੀ ਗੱਲ ਇਹ ਦੂਜੀ ਤਾਨਾ, ਅੱਛਾ ਪੈਸੇ ਪੂਸੇ ਦੀ ਕਮੀ ਹੈ ਦੱਸ ਦਿਓ ਕੋਈ ਨੀ ਅਸੀਂ ਦੇਣੇ। ਹਾਂਜੀ 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 ਮਤਲਬ ਉੱਥੇ ਤਾਂ ਮਤਲਬ ਤੁਸੀਂ ਜੇ ਚਾਹੋ ਮੈਂ ਹੁਣ ਮੈਂ ਗੱਡੀ ਆਪ ਚਲਾਉਣਾ ਉੱਥੇ ਜਾ ਕੇ, ਤੇ ਲੋਕੀ ਉਹ ਭਾਈ ਸਾਹਿਬ ਡਰਾਈਵਰ ਨਹੀਂ ਰੱਖ ਸਕਦੇ ਨਾਲ, ਕੀ ਕਰੇ ਯਾਰ ਤੈਨੂੰ ਆਟੋ ਚਲਾਈ ਜਾਣ, ਜਦੋਂ ਮੈਂ ਚਲਾ ਸਕਦਾ ਮੈਨੂੰ ਕਿਉਂ ਨਾ ਚਲਾਵਾਂ। ਕੁੱਲ ਮਿਲਾ ਕੇ ਜਿੱਥੇ ਪੰਜਾਬ ਨੂੰ ਨਸ਼ੇ ਮਰਵਾ ਰਹੇ ਨੇ, ਉੱਥੇ ਇੱਕ ਦਿਖਾਵਾ ਵੀ ਬਹੁਤ ਵੱਡਿਆ ਬਿਮਾਰੀ ਜਿਹੜੀ, ਮੈਂ ਕਹਿੰਦਾ ਨਸ਼ੇ ਤੋਂ ਵੱਧ ਦਿਖਾਵਾ ਮਰਵਾ ਰਿਹਾ ਉਹ ਜੱਗੀ ਭਾਜੀ ਇਸ ਵੇਲੇ ਪੰਜਾਬ ਨੂੰ। ਮਿਹਰਬਾਨੀ ਭਾਜੀ ਬਹੁਤ ਤੁਹਾਡੀ, ਥੈਂਕ ਯੂ ਭਾਜੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਸਾਹ ਗਿਆਨ ਸਿੰਘ ਜੀ ਸਵਾਗਤ ਹੈ ਜੀ ਤੁਹਾਡਾ। ਹਾਂਜੀ ਮੈਂ ਤਾਂ ਜੀ ਸੈਂਕੜੇ ਵਿਆਹ ਦੇਖੇ ਆ, ਤੇ ਆਪਾਂ ਹਰ ਇੱਕ ਨੂੰ ਇੱਕੋ ਨਾਲ ਇੱਕੋ ਜਿਹਾ ਨਹੀਂ ਮਿਲ ਸਕਦੇ ਨਾ, ਠੀਕ ਨਹੀਂ ਇਹਦੇ 'ਚ ਕੋਈ, ਆਪਾਂ ਇਹ ਨਹੀਂ ਕਹਿ ਸਕਦੇ ਕਿਉਂ ਕਰਦੇ ਕਿਉਂ ਨਹੀਂ, ਹਰ ਇਨਸਾਨ ਦੀ ਆਪਣ ਵੀ ਸੋਚ ਹੈਗੀ ਆ, ਠੀਕ ਨਹੀਂ, ਹਰ ਦੀ ਸੋਚ ਹੈ, ਜਿਵੇਂ ਸਿਆਣਿਆਂ ਦੀ ਕਹਾਵਤ ਹੈ ਜੀ, ਨੱਕ ਔਰ ਕੰਨ ਜਿਹੜੇ ਦੋ ਚੀਜ਼ਾਂ ਨਾ ਇਹ ਇਹੀ ਬੰਦੇ ਨੂੰ ਮਾਰਦੀਆਂ, ਇੱਕ ਤਾਂ ਨੱਕ ਰੱਖਣ ਲਈ ਅਸੀਂ ਬਹੁਤ ਵੱਧ ਤੋਂ ਵੱਧ ਕਰਦੇ ਆ, ਤੇ ਦੂਜੇ ਕੰਨ ਆ ਵੀ ਅਸੀਂ ਸੁਣੀਏ ਲੋਕਾਂ ਕੋਲ ਲੈ ਵੀ ਵਿਆਹ ਕੀਤਾ ਫਲਾਣੇ ਨੇ, ਹੈ ਹੈ ਨੱਕ ਤੇ ਕੰਨ ਦੋ ਚੀਜ਼ਾਂ ਜਿਹੜੀਆਂ ਹੈ ਨਾ ਜੀ, ਇਹੀ ਪਸਾਦ ਦੀ ਜੜ ਹੈ, ਤੇ ਆਪਾਂ ਅਸੀਂ ਤਾਂ ਹਰ ਤਰ੍ਹਾਂ ਦਾ ਵਿਆਹ ਦੇਖਿਆ ਜੀ, ਮਾੜੇ ਤੋਂ ਮਾੜਾ ਵੀ ਦੇਖਿਆ, ਵੱਡੇ ਤੋਂ ਵੱਡਾ ਵੀ ਦੇਖਿਆ, ਬਹੁਤ ਵਧੀਆ ਵੀ, ਬਹੁਤ ਵਧੀਆ ਵੀ ਵਿਆਹ ਹੁੰਦੇ ਨੇ ਜੀ, ਬਹੁਤ ਸਾਦੇ ਵਿਆਹ ਵੀ, ਨਹੀਂ ਨਹੀਂ ਠੀਕ, ਹਾਂ ਮੈਂ ਬਹੁਤ ਹਰ ਤਰ੍ਹਾਂ ਦੇ ਵਿਆਹ ਦੇਖਿਆ ਪਤਾ ਜੀ, ਤੇ ਬਾਕੀ ਇਨਸਾਨ ਨੂੰ ਚਾਹੀਦਾ ਤੇ ਇਹੀ ਹੈ ਵੀ ਇਕੱਲਾ ਵਿਆਹ ਹੀ ਨਹੀਂ, ਜਿੰਨੇ ਵੀ ਦੁਨਿਆਵੀ ਕੰਮ ਆ ਤੁਸੀਂ ਉਹ ਜ਼ਰੂਰਤ ਅਨੁਸਾਰ ਹੀ ਕਰੋ, ਪਚੱਦਰ ਦੇ ਕੇ ਪੈਰ ਪਸਾਰੋ, ਹੁਣ ਜਿਹੜੇ ਬਹੁਤੇ ਆ ਸੁਸਾਈਡਾਂ ਹੁੰਦੀਆਂ, ਹੋਰ ਝਗੜੇ ਹੁੰਦੇ ਆ, ਮਗਰੋਂ ਛੜ ਛੜਾਈਆਂ ਹੁੰਦੀਆਂ, ਇਹ ਇਸੇ ਪਿੱਛੇ ਹੁੰਦੀਆਂ, ਲੈਣ ਦੇਣ ਪਿੱਛੇ ਹੁੰਦੀਆਂ, ਤੇ ਆਪਣੀ ਆਪਣੀ ਸੋਚ ਹੈ ਜੀ, ਆਪਾਂ ਤਾਂ ਹਰ ਨੂੰ ਰਾਏ ਹੀ ਦਿੰਦੇ ਰਹੇ ਹਾਂ ਭਾਈ, ਕਾਹਦੇ ਲਈ ਖਰਚ ਵਾਧੂ ਕਰਨਾ ਅਗਲਿਆਂ, ਹੁਣ ਸਾਡੇ ਇੱਕ ਵਿਆਹ ਹੋਇਆ ਪਿੱਛੇ ਤੋਂ, ਮੈਨੂੰ ਸਾਡੇ ਰਿਸ਼ਤੇਦਾਰੀ ਸੀ ਆਪਣੇ ਤੇਈ ਤੋਂ ਕੈਨੇਡਾ ਚੋਂ, 32-33 ਬੰਦੇ ਤੋਂ ਉਹਨਾਂ ਦੇ ਕੁੜੀ ਵਾਲੇ ਗਏ ਸੀ ਵਿਆਹ ਕਰਨ, ਤੇ ਬਾਕੀ ਮੁੰਡੇ ਵਾਲੇ ਵੀ ਇੰਨੇ ਕੀ ਗਏ ਸੀਗੇ, ਤੇ ਉਹ ਮੈਨੂੰ ਸਾਹਮਣੇ ਮੈਂ ਦੱਸਣ ਲੱਗਾ ਵਾ, ਉਹ ਮੁੰਡੇ ਵਾਲਾ ਕਹਿੰਦਾ ਜੀ 2.5 ਲੱਖ ਰੁਪਏ ਦੀ ਸ਼ਰਾਬ ਵੀ ਭਰਾ ਦਿੱਤੀ, ਮੈਂ ਆਪ ਉਹ ਵੈਜੀਟੇਰੀਅਨ, ਮੈਂ ਕਿਹਾ ਦੱਸ ਕੀ ਖੱਟਿਆ ਤੂੰ ਭਰਾਵਾ, ਹੈ ਮੈਂ ਕਿਹਾ ਮੈਂ ਇੱਕ ਮੁੰਡਾ ਵਿਆਹ, ਇੱਕ ਪੋਤਾ ਵਿਆਹ, ਇੱਕ ਦੋਤਾ ਵਿਆਹ, ਆਪਣਾ ਆਪਾਂ ਸ਼ਰਾਬ ਉਦਾਂ ਹੀ ਨੀ ਪੜਾਈ, ਤਾਂ ਵੀ ਸਰ ਗਿਆ, ਉਦਾਂ ਹੀ ਨੀ ਪੜਾਈ ਤਾਂ ਵੀ ਸਰ ਗਿਆ, ਜਿਹਨੇ ਜੋ ਕਹਿਣਾ ਕਹਿਣਾ ਹੀ ਕਹਿਣਾ,
ਇਸ ਕਰਕੇ ਕਿਸੇ ਗੱਲ ਦਾ ਅੰਤ ਹੈ ਨਹੀਂ ਜੇ ਹੈ ਜੀ, ਮਿਹਰਬਾਨੀ ਜੀ, ਅੰਤ ਨਹੀਂ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਗੱਲ ਅਸਲ 'ਚ ਮਨ ਦੀ ਹੋਈ ਆ, ਮਨ ਜਿੱਥੇ ਟਿਕ ਜਾਂਦਾ ਉੱਥੇ ਬੰਦਾ ਟਿਕਾ ਲੈਂਦਾ, ਜਿੱਥੇ ਬੰਦਾ ਟਿਕਾ ਲਵੇ ਉੱਥੇ ਮਨ ਟਿਕ ਜਾਂਦਾ। ਇੱਕ ਅਸੀਂ ਵਿਆਹ ਦੇ ਵਿੱਚ ਗਏ ਸੀ ਤਾਂ ਉਹਨਾਂ ਨੇ ਦੱਸਿਆ ਵੀ ਭਾਜੀ ਸਾਡੇ ਜਿਹੜੀ ਆਹ ਫੁੱਲਾਂ ਦੀ ਡੈਕੋਰੇਸ਼ਨ ਹੋਈ ਹੈ ਅਤੇ ਫੁੱਲ ਹੀ 5 ਲੱਖ ਰੁਪਈਏ ਦੇ ਲੱਗੇ ਨੇ ਇਸ ਪੰਡਾਲ ਦੇ ਵਿੱਚ। ਚਲੋ ਜੀ, ਮਰਜ਼ੀ ਆਪੋ ਆਪਣੀ ਆ, ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਥੋੜ੍ਹਾ ਜਿਹਾ ਸਮਾਂ ਹੈਗਾ ਜੀ, ਫਟਾਫਟ ਇੱਕ ਅੱਧੀ ਕਾਲ ਲੈਣ ਦੀ ਕੋਸ਼ਿਸ਼ ਕਰਦੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜਗ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਕੀ ਹਾਲ ਆ? ਮੈਂ ਵਿਆਹਾਂ ਦੇ ਬਾਰੇ ਤਾਂ ਨਹੀਂ ਅੱਜ ਗੱਲ ਕਰਨੀ ਜੀ, ਲੇਕਿਨ ਆ ਜਿਹੜਾ ਅੰਬਾਨੀ ਨੇ ਤੂੰ ਕਹਿੰਦਾ 2 ਲੱਖ ਰੁਪਈਆ ਕਾਰਡ ਤੇ, ਇਹ ਦਿਸ ਇਜ਼ ਰੀਅਲੀ ਯੂ ਨੋ ਸੁਪਰ। ਤੇ ਲੋਕੀ ਉੱਥੇ ਜਿਹੜੇ ਕਿਸਾਨ ਆ ਸੂਇਸਾਈਡ ਕਰਨ ਲੱਗੇ ਆ, ਤੇ ਜੇ ਉਹ ਝੋਨਾ ਨਹੀਂ ਬੀਜਦੇ ਤਾਂ ਫਿਰ ਉਹਨਾਂ ਦੀ ਹਾਲਤ ਮਾੜੀ, ਜੇ ਬੀਜਦੇ ਆ ਤਾਂ ਉਹ ਜਦੋਂ ਸਾੜਦੇ ਆ ਤਾਂ ਲੋਕੀ ਮਰਦੇ। ਦੋ ਤਾਂ ਮੈਂ ਆਪ, ਮੈਨੂੰ ਕਾਲ ਆਈ ਦੋ ਵਾਰੀ ਇੰਡੀਆ ਤੋਂ। ਇੱਕ ਬੰਦਾ ਹੁਣ ਮਰਿਆ, ਉਹ ਕਹਿੰਦਾ ਉਹਨੇ ਸਵੇਰੇ ਤੜਕੇ ਵਾਕ ਕਰਨੀ ਮਨਾ ਆ ਇੰਡੀਆ, ਹੈ ਨਾ, ਕੋਦਰ ਵੱਲ ਉਹ ਵਾਕ ਕਰਨ ਗਿਆ ਸਵੇਰੇ, ਤੇ ਬਸ ਉਹ ਸਮੋਕ ਉਹਦੇ ਅੰਦਰ ਧੂੰਆਂ ਹੀ ਵੜ ਗਿਆ, ਕਹਿੰਦੇ ਅਟੈਕ ਹੋ ਗਿਆ। ਉਹਨੂੰ ਕੋਈ ਕੋਲੈਸਟ੍ਰੋਲ ਨਹੀਂ, ਕੁਛ ਨਹੀਂ ਸੀ। ਮਤਲਬ ਇੱਕ ਤਾਂ ਦੁਨੀਆਂ ਮਰੀ ਜਾਂਦੀ, ਇੱਕ ਇੰਨਾ ਸ਼ੋਸ਼ਾ, ਦਿਸ ਇਜ਼ ਰੋਂਗ। ਮੁੱਕਦੀ ਗੱਲ ਇਹ ਹੈ ਜੀ, ਜੇ ਅਸੀਂ ਕੁੱਲ ਮਿਲਾ ਗੱਲ ਕਰੀਏ, 2 ਲੱਖ ਦੇ ਕਾਰਡ ਦੀ ਗੱਲ ਕਰੀਏ ਜਾਂ ਭੁੱਖੇ ਮਰਦੇ ਕਿਸਾਨਾਂ ਦੀ, ਗਰੀਬਾਂ ਦੀ ਗੱਲ ਕਰੀਏ, ਇਹ ਬੰਦਾ ਦਾ ਕੁਦਰਤ ਦੇ ਰੰਗ ਹੈਗੇ ਨੇ, ਤੇ ਇਹ ਸਾਰਾ ਕੁਝ ਇਦਾਂ ਹੀ ਚੱਲੀ ਜਾਣਾ। ਹਾਂ, ਇਦਾਂ ਚੱਲੀ ਜਾਣਾ। ਉਹਨਾਂ ਨੂੰ ਗਰੀਬਾਂ ਨਾਲ ਤਰਸ ਕਰਨਾ ਚਾਹੀਦਾ ਜਿਹਨਾਂ ਕੋਲ ਇੰਨਾ ਪੈਸਾ ਆ। ਜੀ ਜੀ ਜੀ, ਇਹ ਨਹੀਂ ਵੀ 2 ਲੱਖ ਦੇ ਕਾਰਡ ਕਿਸੇ ਕੰਮ ਨਹੀਂ ਆਉਣੇ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਤੁਹਾਡੀ। ਹਾਂਜੀ, ਓਕੇ ਜੀ, ਓਕੇ। ਮਿਹਰਬਾਨੀ ਜੀ, ਕਾਲ ਹੋਰ ਨਹੀਂ ਲੈ ਹੋਣੀ, ਕਾਲਾਂ 1-2 ਹੈਗੀਆਂ ਹਜੇ, ਪਰ ਨਹੀਂ ਹੋਰ ਕਾਲ ਲੈ ਹੋਣੀ, ਮੈਂ ਮੁਆਫੀ ਚਾਹੁੰਦਾ। ਮੁੱਖ ਦੀ ਗੱਲ ਇਹੀ ਹੈ ਜੀ, ਫਜ਼ੂਲ ਖਰਚੀ ਤਾਂ ਫਜ਼ੂਲ ਖਰਚੀ ਹੀ ਹੈ। ਆਪਾਂ ਪਹਿਲਾਂ ਪਜਾਮਾ ਕਮੀਜ਼ ਪਾਉਂਦੇ ਸੀ, ਉਦੋਂ ਵੀ ਕੰਮ ਚੱਲਦਾ ਸੀ, ਫਿਰ ਬ੍ਰੈਂਡਡ ਦਾ ਹੁਣ ਰਿਵਾਜ਼ ਆ ਗਿਆ ਨਿਆਣਿਆਂ ਦੇ ਵਿੱਚ, ਉਹ ਬ੍ਰੈਂਡਡ ਤੋਂ ਬਿਨਾਂ ਗੱਲ ਨਹੀਂ ਕਰਦੇ। ਔਰ ਮੈਨੂੰ ਸੱਚੀ ਗੱਲ ਆ, ਬਹੁਤ ਨਾਵਾਂ ਦਾ ਪਤਾ ਨਹੀਂ ਹੁੰਦਾ ਸੀ, ਉਹ ਬਾਅਦ 'ਚ ਇੱਧਰ ਆ ਕੇ ਪਤਾ ਲੱਗਿਆ ਵੀ ਇਹ ਬ੍ਰੈਂਡਡ ਵੀ ਚੀਜ਼ਾਂ ਹੁੰਦੀਆਂ ਨੇ। ਸੋ ਟਾਈਮ ਦੀ ਗੱਲ ਆ ਆਪੋ ਆਪਣੇ ਦੀ, ਬਾਕੀ ਫਿਰ ਜਦੋਂ ਪੈਸਾ ਆਉਂਦਾ ਨਹੀਂ ਵੀ ਆਉਂਦਾ, ਪਰ ਦੁੱਖ ਦੀ ਗੱਲ ਇਹ ਆ ਵੀ ਜਿਹੜਾ ਇੱਧਰ ਬ੍ਰੈਂਡਡ ਪਾਉਂਦੇ ਨੇ, ਬਾਹਲੇ ਪੰਜਾਬ 'ਚ ਪਾਉਂਦੇ ਨੇ, ਉਹ ਕਾਰਡਾਂ ਤੋਂ ਕ੍ਰੈਡਿਟ ਕਾਰਡ ਉੱਥੇ ਵੀ ਬਣੇ ਨੇ, ਉਹਨਾਂ ਤੋਂ ਪਾਉਂਦੇ, ਬਾਅਦ ਦੇ ਵਿੱਚ ਫਿਰ ਹੌਲੀ ਹੌਲੀ ਦਾਉਂਦੇ ਰਹਿੰਦੇ ਨੇ। ਚਲੋ, ਮੁੱਕਦੀ ਗੱਲ ਜੀ, ਅਤੇ ਉਮੀਦ ਕਰਦੇ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਿਆ ਹੋਏਗਾ। ਈਮੇਲ ਕਰ ਸਕਦੇ ਹੋ ਕਿਸੇ ਵੀ ਗੱਲਬਾਤ ਵਾਸਤੇ, jaggi@justbroadcasting.com, ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਹੈ, ਜਾਂ ਫਿਰ ਮੇਰਾ ਸੈੱਲ ਨੰਬਰ ਹੈਗਾ। ਤੁਹਾਡੇ ਕੋਲ ਕੋਈ ਜਾਣਕਾਰੀ ਚਾਹੁੰਦੇ ਹੋ, ਲੈਣੀ ਚਾਹੁੰਦੇ ਹੋ ਜਾਣਕਾਰੀ, ਜਾਂ ਦੇਣੀ ਚਾਹੁੰਦੇ ਹੋ, ਕੋਈ ਖਬਰ ਦੇਣੀ ਚਾਹੁੰਦੇ ਹੋ, ਕੋਈ ਐਡ ਦੇਣੀ ਚਾਹੁੰਦੇ ਹੋ, ਤਾਂ 209-450-3362 'ਤੇ ਕਾਲ ਕਰਕੇ ਜਿਹੜੀ ਮੈਨੂੰ ਗੱਲਬਾਤ ਕਰ ਸਕਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬੱਤ ਦਾ ਭਲਾ।